ਇੰਟਰਵਿਊ ਦਾ ਨਾਮ ਰੱਖਣਾ ਆਪਾਂ ਮੱਕੀ ਇੰਟਰਵਿਊ ਮੱਕੀ ਚਰੀ ਇੰਟਰਵਿਊ ਸਹੀ ਗੱਲ ਹੈ ਮਿਊਜ਼ਿਕ ਵੀ ਲਾਈਏ ਭਾਜੀ ਉਹ ਜਦੋਂ ਸਟਾਰਟਿੰਗ ਚ ਹਾਈਲਾਈਟ ਦੇ ਵੀ ਕੀ ਗੱਲ ਕਰਕੇ ਹਨ ਕੀ ਕਹਿ ਦਿੱਤਾ ਉਹਨਾਂ ਨੇ ਕੀ ਕਹਿ ਦਿੱਤਾ ਜਗਜੀਤ ਉਹਨਾਂ ਬਾਰੇ ਜਗਜੀਤ ਸੰਧੂ ਨੇ ਖੋਲੇ ਰਾਜ ਰਾਜ ਭਿਆਨਕ ਦੀਆਂ ਚੀਜ਼ਾਂ ਲਾਉਂਦੇ ਭਿਆਨਕ ਭਿਆਨਕ ਜਿਹਾ ਮਿਊਜ਼ਿਕ ਹੋਈ ਨਾ ਉਹ ਕਈ ਚੈਨਲ ਵਾਲੇ ਵੀ ਐਂ ਲਿਖ ਦਿੰਦੇ ਨਾ ਅੱਗੇ ਟਾਈਟਲ ਚ ਕੁਛ ਲਿਖਿਆ ਹੁੰਦਾ ਪਰ ਅੱਗੇ ਜਾ ਕੇ ਕੁਝ ਹੋਰ ਬਣ ਜਾਂਦਾ ਉਹਦਾ ਮੇਰੀ ਯੂਨੀਵਰਸਿਟੀ ਆ ਉਹਦੇ ਮੱਥੇ ਤੇ ਤਿਉੜੀ ਜੀ ਇਹਨੂੰ ਲੱਗਿਆ ਵੀ ਇਹ ਸਾਲਾ ਕਿਸੇ ਦੇ ਨਾਲ ਆਇਆ ਅੱਛਾ ਅੱਛਾ ਉਹ ਕਹਿੰਦਾ ਮੈਂ ਪੜਨ ਵਾਲਾ ਟਰੈਕਟਰ ਦਾ ਕੰਮ ਹੈ ਨਹੀਂ ਉਹਨਾਂ ਨੂੰ ਐ ਲੱਗਦਾ ਇਹ ਚੱਕ ਚੁੱਕ ਕੇ ਇਹਨਾਂ ਨੇ ਐਵੇਂ ਫਿਲਮ ਫਿਲਮ ਚ ਪਾ ਲਿਆ ਇਹ ਚੀਜ਼ਾਂ ਜੀਆਂ ਬਹੁਤ ਜ਼ਿੰਮੇਵਾਰੀ ਵੀ ਬਹੁਤ ਪੈਂਦੀ ਸਟ੍ਰੈਸ ਵੱਧਦੀ ਹੈ ਸਟ੍ਰੈਸ ਬਹੁਤ ਵੱਧਦੀ ਹੈ ਉਹ ਹੀ ਲੱਗਦਾ ਬਾਅਦ ਹੁਣ ਜ਼ਿੰਮੇਵਾਰੀ ਵੀ ਹੈ ਹੁਣ ਪੰਗਾ ਹੈ ਕਿ ਪਹਿਲਾਂ ਸਗੋਂ ਜ਼ਿਆਦਾ ਹੱਸ ਖੇਡ ਲੈਂਦੇ ਸੀ ਅੱਗੇ ਵੀ ਮੈਂ ਹੱਸਦਾ ਹੁੰਦਾ ਜਿਹੜੇ ਆਪਣੇ ਯੂਨੀਵਰਸਿਟੀ ਵਾਲੇ ਨੇ ਉਹ ਮੈਨੂੰ ਕਹਿੰਦੇ ਹੁੰਦੇ ਯਾਰ ਤੂੰ ਤਾਂ ਇੰਨਾ ਫਨ ਕਰਦਾ ਹੁੰਦਾ ਸੀ ਹੁਣ ਹੋਸਟਲ 'ਚ ਲਾ ਲਓ ਇੱਥੇ ਲਾ ਲਓ ਪਿੰਡ 'ਚ ਵੀ ਦੇ ਲਓ ਇੰਨਾ ਫਨ ਕਰਦੇ ਹੁੰਦੇ ਸੀ ਹੁਣ ਪੰਗਾ ਹੈ ਕਿ ਜੇ ਹੁਣ ਫਨ ਕਰਦੇ ਹਾਂ ਕੁਛ ਐਸਾ ਹੋ ਜਾਵੇ ਉਹਦੀ ਪਰਸੈਪਸ਼ਨ ਹੋਰ ਬਣ ਜਾਂਦਾ ਹਾਲਾਂਕਿ ਜੀ ਬਹੁਤ ਕਰਦਾ ਕਿ ਉਵੇਂ ਰਹੀਏ ਇਹਦਾ ਇੱਕ ਫੋਨਾਂ ਦੇ ਹਰੇਕ ਦੀ ਜੇਬ 'ਚ ਕੈਮਰਾ ਅੱਜ ਕੈਮਰਾ ਪਤਾ ਨਹੀਂ ਲੱਗਦਾ ਕਿਹੜਾ ਕੱਢ ਕੇ ਕਿਹੜੀ ਵੀਡੀਓ ਬਣਾ ਲਏ ਇੱਕ ਤਰਫਾ ਬਹੁਤ ਦੇਖ ਪਹਿਲੀ ਫਿਲਮ ਦੀ ਸ਼ੂਟਿੰਗ ਲਈ ਪਹਿਲੀ ਜਾਨੀ ਕਿ ਆਊਟਡੋਰ ਆਊਟ ਆਫ ਇੰਡੀਆ ਸ਼ੂਟ ਵਾਸਤੇ ਕਿਹੜੀ ਫਿਲਮ ਵਾਸਤੇ ਗਏ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਮੈਂ ਗਿਆ ਸੀਗਾ ਫਿਲਮ ਦੀ ਸਕਰੀਨਿੰਗ ਸੀਗੀ ਕੈਨੇਡਾ ਓਕੇ ਐਨਾਟੋਮੀ ਆਫ ਵਾਇਲੈਂਸ ਅੱਛਾ ਓਕੇ ਓਕੇ ਉਹਦੇ ਲਈ ਸਕਰੀਨਿੰਗ ਤੇ ਗਿਆ ਸੀਗਾ ਤੇ ਉਹਦੇ ਚ ਪਹਿਲੀ ਕੋਈ ਏਦਾਂ ਦਾ ਪੰਜਾਬੀ ਐਕਟਰ ਗਿਆ ਹੋਣਾ ਉੱਥੇ ਓਕੇ ਟਿਫ ਬਹੁਤ ਵੱਡਾ ਫੈਸਟੀਵਲ ਹਾਂ ਹਾਂ ਜਦੋਂ ਮੈਂ ਫਾਈਲ ਜੀ ਲਾਈ ਉਹ ਕਹਿੰਦਾ ਤੇਰੇ ਕਾਗਜ਼ ਕੂਗਜ਼ ਤਾਂ ਦੇਖ ਲਾ ਵੀ ਤੂੰ ਕੀ ਲਾਇਆ ਆ ਉਹ ਮੈਂ ਕਿਹਾ ਜੀ ਉਹਨਾਂ ਨੇ ਸੱਦਿਆ ਆਪਾਂ ਰਾਜਨੀਤੀ ਚ ਤੁਸੀਂ ਸੋਸ਼ਲ ਮੀਡੀਆ ਤੇ ਪਾ ਲਓ ਹਰ ਬੰਦਾ ਰਾਜਨੀਤੀ ਨੂੰ ਗਾਲਾਂ ਕੱਢਦਾ ਬਈ ਬਹੁਤ ਗੰਦੀ ਰਾਜਨੀਤੀ ਹੈ ਨੇਤਾ ਖਾਂਦੇ ਆ ਨੇਤਾ ਲੁੱਟਦੇ ਆ ਇਹ ਵੋਟਾਂ ਮੰਗਣ ਆਉਂਦੇ ਆ ਸਭ ਨੂੰ ਪਤਾ ਨਾ ਪਰ ਠੀਕ ਹੀ ਨੇ ਕਰਨਾ ਰਾਜਨੀਤੀ ਨੂੰ ਗਾਲਾਂ ਕੱਢਣੀਆਂ ਹੱਲ ਥੋੜੀ ਹੈ ਜਦੋਂ ਮੈਂ ਪੋਲੀਟੀਕਲ ਸਾਇੰਸ ਪੜ੍ਹਦਾ ਸੀ ਮੈਨੂੰ ਲੱਗਿਆ ਯਾਰ ਹੱਲ ਗਾਲਾਂ ਕੱਢ ਕੇ ਥੋੜੀ ਹੈ ਤੁਹਾਡਾ ਵੀ ਓਨਾ ਹੀ ਖਰਚ ਬਣਦਾ ਨਾ ਵੋਟਾਂ ਤੁਸੀਂ ਪਾਉਣੀਆਂ ਨਾ ਜਿੱਦਣ ਇਹ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਵੋਟ ਦੀ ਕੀਮਤ ਕਿੰਨੀ ਹੈ ਸਾਰਾ ਸਿਸਟਮ ਸਹੀ ਹੋਊਗਾ ਫਿਰ ਮੈਨੂੰ ਲੱਗਿਆ ਯਾਰ ਇਹ ਸਾਡਾ ਸਕੂਲ 'ਚ ਕਿਉਂ ਨਹੀਂ ਸਿਖਾਇਆ ਗਿਆ ਇਹ ਚੀਜ਼ਾਂ ਬੇਸਿਕ ਸਟਰਕਚਰ ਕੀ ਆ ਵੀ ਤੁਹਾਨੂੰ ਪਤਾ ਲੱਗੇ ਵੀ ਰਾਜਨੀਤੀ ਹੁੰਦੀ ਕੀ ਹੈ ਮੈਂ ਤਾਂ ਬਹੁਤ ਇੰਜੋਏ ਕੀਤਾ ਮੈਂ ਇੰਟਰਟੇਨਮੈਂਟ ਬਹੁਤ ਕੀਤਾ ਜਦੋਂ ਐਂ ਜੇ ਆਈ ਫਿਲਮ ਅਤੇ ਪਹਿਲੀ ਉਹ ਹਿੱਟ ਹੋ ਗਈ ਅਤੇ ਹੁਣ ਪੰਗਾ ਇਹ ਸੀ ਕਿ ਨੋਰਮਲ ਲਾਈਫ ਇੱਕਦਮ ਥੋੜ੍ਹੀ ਬਦਲਦੀ ਹੈ ਉਵੇਂ ਅਸੀਂ ਮੰਡੀ 'ਚ 15 ਮੰਡੀ ਲੱਗਦੀ ਹੁੰਦੀ ਚੰਡੀਗੜ੍ਹ ਸੈਕਟਰ 'ਚ ਉੱਥੋਂ ਹੀ ਸਬਜ਼ੀਆਂ ਲੈਣ ਜਾਂਦੇ ਹੁੰਦੇ ਸੀ ਹਫ਼ਤੇ ਦੀਆਂ ਹੁਣ ਮੇਰੀ ਡਿਊਟੀ ਸੀ ਸਬਜ਼ੀ 'ਤੇ ਹੁਣ ਪੰਗਾ ਆਇਆ ਉੱਥੇ ਕੀ ਆ ਇੱਕ ਇੰਸੀਡੈਂਟ ਯਾਦ ਆ ਮੈਨੂੰ ਅਤੇ ਮੇਰੇ ਮਗਰ ਸੀਗੇ ਦੋ ਡਾਊਟ ਸੀ ਉਹਨਾਂ ਨੂੰ ਐਂ ਹੁੰਦਾ ਨਾ ਵੀ ਜਿਹੜਾ ਫਿਲਮਾਂ ਫੁਲਮਾਂ 'ਚ ਆਉਂਦਾ ਉਹ ਤਾਂ ਫੋਰਚੂਨਰ 'ਚ ਉੱਤਰਦਾ ਦੋ ਕੁ ਬੰਦੇ ਅੱਗੇ ਹੁੰਦੇ ਆ ਅਤੇ ਅਸੀਂ ਤੁਰੇ ਜਾਈਏ ਮੇਰੇ ਐਡੇ ਕੁ ਕੈਪਰੀ ਜੀ ਪਾਈ ਹੋਈ ਚੱਪਲਾਂ ਮਾਈਆਂ ਜੀ ਅਤੇ ਨਾ ਉਦੋਂ ਗੰਢੇ ਮਹਿੰਗੇ ਹੋਏ ਸੀ ਓਕੇ ਅਤੇ ਮੈਂ ਉਹ ਮੇਰੇ ਮਗਰ ਸੀ ਮੈਂ ਚੈੱਕ ਕਰੀ ਜਾਵਾਂ ਅਤੇ ਗੰਢੇ ਮਹਿੰਗੇ ਹੋਏ ਅਤੇ ਉਹ ਕਹੀ ਜਾਵੇ ਭਾਅ ਜੀ 80 ਰੁਪਏ ਗੰਢੇ ਮਾਂ ਪਾਗਲਾ ਤੂੰ ਭਰਾ 80 ਰੁਪਏ ਮੈਂ ਰੁਪਈਏ 60 ਨੇ ਮੇਰੇ ਕੋਲ 60 ਲੈ ਕੇ ਗਿਆ ਅਤੇ ਸਾਡਾ ਐਂ ਅਸੀਂ ਗੰਢਿਆਂ ਪਿੱਛੇ ਲੜੀ ਜਾਈਏ ਕਿਲੋ ਗੰਢਿਆਂ ਪਿੱਛੇ ਸਭ ਤੋਂ ਵੱਧ ਜਿਹੜੀ ਚੀਜ਼ ਮਿਸ ਕਰੀ ਦੀ ਨਾ ਸਪੇਨ ਦੇ ਵਿੱਚ ਉਹ ਹੈਗੇ ਅੰਬ ਦੇ ਮਰੂਦ ਮਰੂਦ ਅਮਰੂਦ ਵੀ ਨਹੀਂ ਮਿਲਦੇ ਚੰਗੇ ਅਤੇ ਹੁਣ ਆਉਣ ਲੱਗੇ ਅੰਬ ਤਾਂ ਬਿਲਕੁਲ ਨਹੀਂ ਅੰਬ ਉਹਨਾਂ ਦੇ ਹਿਸਾਬ ਨਾਲ ਜਿਹੜੇ ਕੱਚੇ ਅੰਬ ਆਉਂਦੇ ਨਾ ਸਾਡੇ ਉੱਥੇ ਉਹਨੂੰ ਹੀ ਬੜਾ ਮੰਨਦੇ ਆ ਅਤੇ ਇੰਗਲੈਂਡ ਦੇ ਵਿੱਚ ਆਉਂਦੇ ਵਧੀਆ ਪੇਟੀਆਂ ਪੁੱਟੀਆਂ ਇੰਗਲੈਂਡ ਜਾ ਕੇ ਨਜ਼ਾਰਾ ਆ ਜਾਂਦਾ ਕਿਸੇ ਚੀਜ਼ ਦਾ ਹੀ ਇੱਥੇ ਆਹ ਵੀ ਮੌਜ ਆ ਨਾ ਬੜੇ ਮਰੂਦ ਖਾਧੇ ਪਈ ਇੱਥੋਂ ਜੀ ਸਹੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਤੇ ਆਪਾਂ ਵੀਰ ਕੋ ਆਏ ਆ ਜਗਜੀਤ ਕੋਲ ਤੇ ਲੇਟਲੀ ਉਦਾਂ ਤਾਂ ਯਾਨੀ ਕਿ ਤੁਸੀਂ ਕਈ ਇਹਨੂੰ ਫਿਲਮਾਂ 'ਚ ਵੇਖਿਆ ਵੀਰ ਨੂੰ ਪਰ ਲੇਟਲੀ ਵੀਰ ਦੀ ਰਿਲੀਜ਼ ਹੋਈ ਪਲੀਜ਼ ਕਿਲ ਮੀ ਤੇ ਬੜਾ ਡਿਫਰੈਂਟ ਜਿਹਾ ਲੱਗਾ ਵੀ ਆਪਣਾ ਜੋ ਪੰਜਾਬੀ ਸਿਨੇਮਾ ਹਮੇਸ਼ਾ ਹੀ ਕਰਦਾ ਵਾ ਸਰਵ ਮੇਨਲੀ ਕਾਮੇਡੀ ਵਾਲੀਆਂ ਫਿਲਮਾਂ ਹੁੰਦੀਆਂ ਵਾ ਨੋਟ ਬੈਡ ਉਹ ਵੀ ਹੈ ਨਾ ਜੋ ਕਰਦੇ ਆ ਉਹਦੀ ਵੀ ਲੋੜ ਆ ਪਰ ਥੋੜ੍ਹਾ ਜਿਹਾ ਇੱਦਾਂ ਦੀ ਵੀ ਥੋੜ੍ਹੀ ਜਿਹੀ ਸਿਨੇਮੇ ਦੀ ਲੋੜ ਆ ਕਿ ਬੈਲੈਂਸ ਜਿਹਾ ਰਹੇ ਹੈ ਨਾ ਆਪਾਂ ਸਿਰਫ ਇੱਕੋ ਤਰ੍ਹਾਂ ਦੀਆਂ ਫਿਲਮਾਂ ਕਰੀ ਜਾਈਏ ਅਤੇ ਵੀਰ ਮੇਰੇ ਖਿਆਲ ਦੇ ਨਾਲ ਉਹ ਇੱਦਾਂ ਦੀਆਂ ਉਹ ਇਹਦੀ ਵੀਰ ਦੀ ਪ੍ਰਾਇਓਰਟੀ ਵੀ ਇਹੋ ਜਿਹੀਆਂ ਫਿਲਮਾਂ ਹੀ ਕਰਨੀਆਂ ਇਹ ਕਿੱਦਾਂ ਭਾਅ ਜੀ ਵੀ ਤੁਸੀਂ ਜਦੋਂ ਚੂਜ਼ ਕਰਦੇ ਆ ਫਿਲਮਾਂ ਵਗੈਰਾ ਆਪਣੀਆਂ ਵੀ ਇਹੋ ਜਿਹੀ ਗੱਲ ਦਿਮਾਗ 'ਚ ਰੱਖਦੇ ਹਾਂ ਕਿ ਮੈਂ ਕੁਛ ਹਟ ਕੇ ਕਰਨਾ ਜਾਂ ਓਵਰਆਲ ਸਟੋਰੀ ਜੀ ਚੰਗੀ ਲੱਗ ਜਾਵੇ ਤਾਂ ਉਹ ਫਿਲਮ ਕਰ ਲਈ ਪਹਿਲਾਂ ਜਦੋਂ ਆਪਾਂ ਭਾਅ ਜੀ ਸਟਾਰਟ ਕਰਦੇ ਹਾਂ ਨਾ ਕੰਮ ਉਹ ਤਾਂ ਐਂ ਲੱਗਦਾ ਹੁੰਦਾ ਵੀ ਜਿਹੜੀ ਮਰਜ਼ੀ ਮਿਲ ਜੇ ਮੈਨੂੰ ਲੱਗਦਾ ਕਿ ਦੂਜਾ ਇਹ ਦੇਖਿਆ ਜਾਂਦਾ ਵੀ ਪੰਜਾਬ ਚ ਵੈਸੇ ਸਿੰਗਰ ਇੰਡਸਟਰੀ ਜ਼ਿਆਦਾ ਐਕਟਰਾਂ ਦੀ ਘੱਟ ਆ ਇੱਥੇ ਬਹਿ ਸਕਦੇ ਮੇਰਾ ਭਾਰ ਜ਼ਿਆਦਾ ਮੈਂ ਲੋਕਰ ਦੇ ਬਹਿ ਚੜ੍ਹਦੇ ਲੈ ਜਾਓ ਤੇ ਉਹ ਮੈਨੂੰ ਲੱਗਦਾ ਜੇ ਐਜ਼ ਅ ਐਕਟਰ ਤੁਸੀਂ ਸਟੈਬਲਿਸ਼ ਹੋਣਾ ਬਹੁਤ ਔਖਾ ਪੰਜਾਬ 'ਚ ਕਿਉਂਕਿ ਇੱਥੇ ਐਕਟਿੰਗ ਦਾ ਜਿਹੜਾ ਮੈਨੂੰ ਲੱਗਦਾ ਜਿਵੇਂ ਹਿੰਦੀ ਸਿਨੇਮਾ ਸਾਊਥ ਦਾ ਉੱਥੇ ਐਕਟਰ ਨੂੰ ਜ਼ਿਆਦਾ ਰਿਸਪੈਕਟ ਮਿਲਦੀ ਹੈ ਸਿੰਗਰ ਵੱਖਰੇ ਨੇ ਪਲੇਬੈਕ ਸਿੰਗਿੰਗ ਕਰਦੇ ਆ ਜਾਂ ਵੱਖਰੇ ਇੱਥੇ ਮਿਕਸਰ ਹੋਇਆ ਪਿਆ ਪਤਾ ਨਹੀਂ ਲੱਗਦਾ ਕਿ ਸਿੰਗਰ ਕੌਣ ਹੈ ਕਿ ਐਕਟਰ ਕੌਣ ਹੈ ਗੱਲ ਮੇਰੇ ਇਸ ਕਰਕੇ ਮੈਨੂੰ ਲੱਗਦਾ ਵੱਖਰੀ ਸੁਣਨੀ ਪੈਂਦੀ ਵੀ ਉਹ ਉਹਨਾਂ ਨੇ ਉਹ ਇੱਕ ਪ੍ਰੋਫੈਸ਼ਨ ਮੰਨਦੇ ਆ ਇੱਕ ਸਿਨੇਮੇ ਨੂੰ ਆਪਣੇ ਬਿਜ਼ਨਸ ਆ ਨਾ ਜ਼ਿਆਦਾ ਆਪਣੇ ਫਿਰ ਸੌਪ ਇਹ ਆ ਥੋੜ੍ਹਾ ਜਿਹਾ ਹੋ ਜਾਂਦਾ ਨਾ ਫਿਰ ਇਹੀ ਹੁੰਦਾ ਯਾਰ ਜੇ ਆਪਾਂ ਵੀ ਉਹੀ ਕਰਨ ਲੱਗ ਗਏ ਉਹ ਤਾਂ ਕਰ ਹੀ ਰਹੇ ਆ ਉਹ ਵੀ ਚੰਗੀ ਗੱਲ ਆ ਕਰ ਰਹੇ ਆ ਲੋਕ ਪਸੰਦ ਕਰ ਰਹੇ ਆ ਆਪਾਂ ਉਹਦੇ 'ਚ ਉਹ ਨਹੀਂ ਕਰਦੇ ਬਟ ਐਂ ਕਿ ਡਿਫਰੈਂਟ ਵੀ ਆਉਣਾ ਚਾਹੀਦਾ ਨਾ ਫਿਲਮ ਨੂੰ ਜੇ ਤੁਸੀਂ ਮੈਨੂੰ ਲੱਗਦਾ ਕਈ ਤਰ੍ਹਾਂ ਦਾ ਸਿਨੇਮਾ ਸਾਡੇ ਸਿਰਫ ਥੋੜ੍ਹੀਆਂ ਲਾਈਟ ਬਣਦੀ ਹੈ ਅਤੇ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਪਲੀਜ਼ ਖਿਲਣੀ ਹੈ ਰੱਖੀ ਇਸ ਵਾਰ ਥੋੜ੍ਹੀ ਡਾਰਕ ਤੇ ਕਾਮਯਾਬ ਹੋਏ ਪਰ ਬਣਾਈ ਤਾਂ ਪੰਜਾਬੀਆਂ ਨੇ ਨਾ ਬੜੀ ਐਪਰੀਸ਼ੀਏਟ ਮਿਲ ਰਹੀ ਹੈ ਬੰਬੇ 'ਚ ਵੀ ਬੜੇ ਬੰਦਿਆਂ ਨੇ ਉੱਧਰ ਵੀ ਦੇਖੀ ਆ ਸਾਊਥ ਵਾਲੀ ਸਾਈਡ ਪਰ ਮੈਨੂੰ ਆਪ ਵੀ ਇੱਕ ਤਾਂ ਹੁੰਦਾ ਨਾ ਵੀ ਆਪਾਂ ਜਿਵੇਂ ਸਸਪੈਂਸ ਆਪਣੇ ਆਪਾਂ ਮੰਨ ਲਈਏ ਵੀ ਬੜਾ ਵੀ ਜਿਹੜੀ ਸਟੋਰੀ ਲਾਈਨ ਹੁੰਦੀ ਹੈ ਬੜੀ ਕਮਜ਼ੋਰ ਜਿਹੀ ਹੁੰਦੀ ਹੈ ਅਤੇ ਉਹ ਆਪਾਂ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਚੀਜ਼ਾਂ ਲੌਜੀਕਲ ਜੀਆਂ ਨਹੀਂ ਹੈਗੀਆਂ ਪਰ ਉਹਦੇ ਵਿੱਚ ਜਿਵੇਂ ਉਹਨੇ ਉਹ ਪਿੰਡ ਦੇ ਵਿੱਚ ਉਹ ਗੱਡੀ ਮੁੱਲ ਲੈਂਦਾ ਹੈ ਨਾ ਵੀ ਉਹ ਸਾਰਿਆਂ ਕੋਲ ਪੈਸੇ ਮੰਗਦਾ ਉਹ ਬੰਦੇ ਨੂੰ ਉਹ ਸਟੋਰੀ ਕਨਵਿੰਸ ਕਰਦੀ ਸੀ ਹਾਂ ਉਹ ਵਧੀਆ ਇਹ ਚੀਜ਼ ਵਧੀਆ ਲੱਗੀ ਵੀ ਸਟੋਰੀ ਬੰਨੀ ਰੱਖਿਆ ਅਤੇ ਕਨਵਿੰਸਿੰਗ ਸੀ ਇਹਦੇ 'ਚ ਕਿ ਕਹਾਣੀ ਅਤੇ ਸਕਰੀਨ ਪਲੇ 'ਤੇ ਬਹੁਤ ਕੰਮ ਹੋਇਆ ਸਾਡੇ ਇੱਥੇ ਕੀ ਹੁੰਦਾ ਐਕਟਰ ਲੈ ਲੈਂਦੇ ਫਿਰ ਐਕਟਰ ਨੂੰ ਸਮਝ ਲਓ ਕੋਈ ਵੀ ਐਕਟਰ ਏ ਬੀ ਸੀ ਲੈ ਕੇ ਉਹਦੇ ਆਲੇ ਦੁਆਲੇ ਕਹਾਣੀ ਘੜ ਦਿੰਦੇ ਇਹ ਫਿਲਮ ਕੀ ਹੈ ਕਿ ਪਹਿਲਾਂ ਕਹਾਣੀ ਘੜੀ ਗਈ ਹੈ ਫਿਰ ਉਹਦੇ 'ਚ ਦੇਖਿਆ ਗਿਆ ਵੀ ਬੰਦਾ ਕਿਹੜਾ ਬੰਦਾ ਕੌਣ ਇਸ ਕਰਕੇ ਮੈਨੂੰ ਲੱਗਦਾ ਸਾਡੇ ਕੰਮ ਨਾਲੋਂ ਜ਼ਿਆਦਾ ਲੋਕ ਕਹਾਣੀ ਅਤੇ ਸਕਰੀਨ ਪਲੇ ਨੂੰ ਪਸੰਦ ਕਰ ਰਹੇ ਅਤੇ ਜਿੰਨੇ ਮੈਂ ਰਿਵਿਊ ਪੜਿਆ ਪਹਿਲੀ ਵਾਰੀ ਕਿਸੇ ਨੇ ਮੈਨੂੰ ਲੱਗਦਾ ਸ਼ਬਦ ਸੁਣਿਆ ਹੋਣਾ ਪੰਜਾਬ 'ਚ ਸਕਰੀਨ ਪਲੇ ਪਹਿਲਾਂ ਤਾਂ ਇਹੀ ਕਹਿੰਦੇ ਹੁੰਦੇ ਸੀ ਆਪਾਂ ਕਹਾਣੀ ਸੁਣਾਉਣਾ ਆਪਾਂ ਪੀਸੀਆਰ ਦੀ ਫਿਲਮਾਂ ਦੇਖਦੇ ਸੀ ਆਪਾਂ ਕਹਿੰਦੇ ਹੁੰਦੇ ਸੀ ਸਟੋਰੀ ਦੱਸ ਉਦੋਂ ਪਤਾ ਨਹੀਂ ਸੀ ਹੁੰਦਾ ਸਕਰੀਨ ਪਲੇ ਕੀ ਹੈ ਹੁਣ ਜਦੋਂ ਸਕਰੀਨ ਪਲੇ ਇੰਟਰੋਡਿਊਸ ਹੋਇਆ ਇੰਟਰਨੈਸ਼ਨਲ ਲੈਵਲ 'ਤੇ ਵੀ ਮੈਨੂੰ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਪਲੀਜ਼ ਕਿਲ ਵਿੱਚ ਯੂਜ਼ ਹੋਇਆ ਨਹੀਂ ਵਾਕਈ ਵਾਕਈ ਇਹ ਚੀਜ਼ ਤਾਂ ਮੈਨੂੰ ਵੀ ਮੈਨੂੰ ਆਪ ਹੈ ਨਾ ਵੀ ਮੈਨੂੰ ਅਸਲ ਦੇ ਵਿੱਚ ਦ੍ਰਿਸ਼ਮ ਟਾਈਪ ਉਹਦੀ ਆਈ ਵੀ ਬੰਨ ਕੇ ਜੇ ਰੱਖਿਆ ਜਿਵੇਂ ਉਹਦੇ ਵਿੱਚ ਨਹੀਂ ਨਾ ਵੀ ਉਹ ਜੋ ਵੀ ਕਰਦਾ ਵਾ ਉਹ ਕਨਵਿੰਸਿੰਗ ਜੇ ਲੱਗਦੇ ਉਹ ਜਿਹੜੇ ਹਿਸਾਬ ਨਾਲ ਵੀ ਕਵਰ ਕਰਦਾ ਚੀਜ਼ਾਂ ਨੂੰ ਇਹਦੇ ਵਿੱਚ ਵੀ ਜਿੱਦਾਂ ਜਿੱਦਾਂ ਦਾ ਤੁਸੀਂ ਉਹਨੂੰ ਕਵਰ ਜੇ ਕਰੀਏ ਸਟੋਰੀ ਤਾਂ ਵਧੀਆ ਲੱਗੀ ਡਿਫਰੈਂਟ ਸੀ ਵਾਕਈ ਆਹੋ ਅੱਗੇ ਵੀ ਮੈਨੂੰ ਕਿੰਨੇ ਕੁ ਦਊਂਗਾ ਹਾਂ ਪਲੇਟਾਂ ਹੁੰਦੀਆਂ ਆ ਠੀਕ ਹੈ ਚੱਲ ਮੈਂ ਤੈਨੂੰ ਕਰਦਾ ਬਾਅਦ 'ਚ ਫੋਨ ਅੱਛਾ ਜੀ ਹੁਣ ਆਪਾਂ ਇਹ ਤਾਂ ਜਿਹੜੀ ਸਭ ਤੋਂ ਗੱਲ ਕੀਤੀ ਆਪਾਂ ਜਿਹੜੀ ਲੇਟੈਸਟ ਫਿਲਮ ਹੁਣ ਆਪਾਂ ਚੱਲਦੇ ਸਭ ਤੋਂ ਪਹਿਲੀ ਫਿਲਮ 'ਤੇ ਵੀ ਪਿੰਡਾਂ ਦੇ ਵਿੱਚ ਹੈ ਨਾ ਵੀ ਉੱਥੇ ਚਲੋ ਤੁਹਾਨੂੰ ਫਿਲਮ ਮਿਲ ਗਈ ਘਰੇ ਕਦੋਂ ਦੱਸਿਆ ਸੀ ਵੀ ਜਦੋਂ ਫਿਲਮ ਪੂਰੀ ਬਣ ਗਈ ਜਾਂ ਪਹਿਲਾਂ ਦੱਸਤਾ ਸੀ ਹਾਂ ਇਹ ਨਹੀਂ ਇਹ ਵੀ ਹੁੰਦਾ ਨਾ ਕਈ ਬੰਦੇ ਨੂੰ ਡਰ ਵੀ ਯਾਰ ਪਤਾ ਨਹੀਂ ਕੰਮ ਨੇਪਰੇ ਚੜ੍ਹਨਾ ਕਿ ਨਹੀਂ ਮੈਂ ਪਹਿਲਾਂ ਹੀ ਘਰੇ ਇਹ ਜ਼ਰੂਰੀ ਆ ਬੇਇੱਜ਼ਤੀ ਹੁੰਦਾ ਉਹ ਗੱਲ ਹੋਈ ਉਹ ਮੈਨੂੰ ਲੱਗਦਾ ਬਣੀ ਤਾਂ ਹੀ ਦੱਸਿਆ ਸੀ ਬਣ ਗਈ ਸੀ ਪਹਿਲਾਂ ਤਾਂ ਐਂ ਹੁੰਦਾ ਪਹਿਲਾਂ ਵੀ ਐਂ ਬਈ ਨਾਟਕ ਨੂਟਕ ਕਰੀ ਜਾਂਦਾ ਉਦੋਂ ਇੰਨਾ ਕੋਈ ਬਾਹਲਾ ਪਤਾ ਨਹੀਂ ਸੀ ਹੁੰਦਾ ਫਿਰ ਹੈ ਕਿ ਫਿਲਮ ਬਣੀ ਮੈਨੂੰ ਇਹਦੀ ਰਿਲੀਜ਼ ਹੋਣ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਦੇਖ ਕੇ ਆਓ ਓਕੇ ਕਦੇ ਇੱਦਾਂ ਨਹੀਂ ਆਉਂਦਾ ਜਿਵੇਂ ਉਹਦੇ ਸ਼ੁਰੂ ਸ਼ੁਰੂ ਦੇ ਵਿੱਚ ਉਹੋ ਜਿਹੇ ਕਰੈਕਟਰ ਜੇ ਵੀ ਕੀਤੇ ਹੈ ਨਾ ਵੀ ਨਸ਼ੇ ਪੱਤੇ ਵਾਲੇ ਨਹੀਂ ਘਰਦਿਆਂ ਕੀ ਸੋਚਣਗੇ ਜਾਂ ਇੱਦਾਂ ਨਹੀਂ ਨਹੀਂ ਉਹ ਇੱਦਾਂ ਦਾ ਨਹੀਂ ਉਹ ਘਰਦੇ ਸਮੇਂ ਫਿਰ ਐਂ ਸੀ ਨਾ ਕੋਈ ਇੱਦਾਂ ਦਾ ਕਰੈਕਟਰ ਕਰਦਾ ਨਹੀਂ ਸੀ ਪੰਜਾਬ ਹਾਂ
ਫਿਰ ਅਸੀਂ ਆਪਾਂ ਜ਼ਿਆਦਾ ਰੀਅਲਿਜ਼ਮ 'ਤੇ ਜ਼ੋਰ ਦਿੱਤਾ ਬਈ ਇਹੋ ਜਿਹਾ ਕੰਮ ਬਾਕੀ ਤਾਂ ਚਲੋ ਹਰੇਕ ਦੀ ਇਮੇਜ ਹੁੰਦੀ ਜੁੜੀ ਹੁੰਦੀ ਜਦੋਂ ਬੰਦਾ ਜੀਰੋ ਤੋਂ ਸਟਾਰਟ ਹੁੰਦਾ ਉਹਨੂੰ ਕੋਈ ਡਰ ਨਹੀਂ ਹੁੰਦਾ ਉਹ ਵਧੀਆ ਇੱਕ ਇਮੇਜ ਹੁਣ ਇੱਦਾਂ ਦੀ ਬਿਲਡ ਹੋ ਗਈ ਉਸ ਚੱਕਰਾਂ 'ਚ ਵੀ ਇਹ ਕੋਈ ਵੀ ਕਰੈਕਟਰ ਕਰ ਸਕਦਾ ਓਕੇ ਜਿਵੇਂ ਮੈਂ ਕਹਾਂ ਕਿ ਕੱਲ੍ਹ ਨੂੰ ਜਿਵੇਂ ਉਹਦਾ ਜਰਦਾ ਖਾਣਾ ਮਸ਼ਹੂਰ ਸੀਗਾ ਜੇ ਕੋਈ ਪੱਗ ਵਾਲਾ ਕਰੂਗਾ ਤਾਂ ਉੱਤੇ ਇਸ਼ੂ ਖੜੇ ਹੋਣਗੇ ਹੈ ਨਾ ਉਹ ਕਰ ਵੀ ਨਹੀਂ ਸਕਦਾ ਉਹਦੀ ਜ਼ਿੰਮੇਵਾਰੀ ਹੈ ਨਾ ਅਤੇ ਹੁਣ ਜੇ ਮੈਂ ਕਰੂੰਗਾ ਤਾਂ ਮੈਨੂੰ ਫਿਰ ਉਹ ਅਗਲਾ ਕਹਿੰਦਾ ਇਹ ਐਕਟਿੰਗ 'ਚ ਆਉਂਦਾ ਤਾਂ ਉਹ ਚੀਜ਼ਾਂ ਕਰਕੇ ਪਹਿਲਾਂ ਡਰ ਵੀ ਲੱਗਿਆ ਫਿਰ ਪੁੱਛਦੇ ਵੀ ਸੀ ਵੀ ਅੱਛਾ ਓਰਿਜਿਨਲ ਸੀ ਹੋਏ ਜਿਹੜਾ ਖਾਂਦਾ ਹੁੰਦਾ ਫਿਲਮਾਂ 'ਚ ਖਾਂਦੇ ਨੇ ਓਰਿਜਿਨਲ ਹੋਏ ਮੈਂ ਸਹੀ ਰੱਖਿਆ ਨਾ ਇੱਕੋ ਜਾ ਕੇ ਖੋਲੀ ਹੋਏ ਉਹ ਗਿਆ ਵੀ ਉਹ ਦਵਾਈ ਤੂੰ ਓਰਿਜਿਨਲ ਮੈਂ ਯਾਰ ਨਹੀਂ ਓਰਿਜਿਨਲ ਪਹਿਲੀ 'ਚ ਤਾਂ ਮੈਨੂੰ ਲੱਗਦਾ ਸੌਂਫ ਪਾਈ ਹੋਈ ਸੀ ਉਹਨਾਂ ਨੇ ਓਕੇ ਸੌਂਫ ਪਾ ਪੂ ਕੇ ਉਹ ਪੂਰਾ ਲੱਗਣਾ ਚਾਹੀਦਾ ਨਾ ਵੀ ਬੁੱਲ ਜਾ ਬਾਹਰ ਨੂੰ ਹੁੰਦਾ ਆਹੋ ਵੀ ਉਹ ਐਕਸਪ੍ਰੈਸ਼ਨ 'ਚ ਵੀ ਚੇਂਜ ਹੋਣਾ ਉਹ ਪਾਣੀ ਪੀ ਲਿਆ ਤਾਂ ਉਹਦਾ ਕੜੱਤਨ ਜੀ ਜਾਂ ਸਮਥਿੰਗ ਕੜੱਤਨ ਜੀ ਰਹਿੰਦੀ ਆ ਬਟ ਮੈਂ ਉਹਦੇ 'ਚ ਵੀ ਸੌਂਫ ਹੀ ਯੂਜ਼ ਕੀਤੀ ਚਲੋ ਫਿਲਮ ਵਾਲਾ ਕੰਮ ਹੈ ਫਿਰ ਜਦੋਂ ਕੋਈ ਇੱਦਾਂ ਦਾ ਸੀਨ ਆਇਆ ਜੀ ਸਿਗਰਟ ਸੁਗਰਟ ਪੀਣੀ ਸੀ ਉਹ ਵੀ ਮੈਂ ਫਿਰ ਉਹ ਬਣਾਈ ਮੈਂ ਕਿਹਾ ਯਾਰ ਮੇਰੇ ਤੋਂ ਪੀਤੀ ਨਹੀਂ ਜਾਣੀ ਕਿ ਉਹ ਬਣਾਈ ਫਿਰ ਮੈਨੂੰ ਲੱਗਿਆ ਯਾਰ ਇਹ ਜ਼ਿਆਦਾ ਨਹੀਂ ਹੋ ਰਿਹਾ ਕੰਮ ਮੇਰੇ ਤਾਂ ਸਾਡਾ ਟੱਪਾ ਨਾ ਲੱਗ ਜੇ ਕਰਦੇ ਕਹਿੰਦੇ ਕੋਈ ਚਾਹੀਦਾ ਕਰੈਕਟਰ ਵੀ ਕਰ ਲਿਆ ਕਰ ਫਿਰ ਮੈਨੂੰ ਲੱਗਿਆ ਫਿਰ ਮੈਂ ਸੁਪਨਾ ਕੀਤੀ ਜਦੋਂ ਉਹਦੇ 'ਚ ਕਈਆਂ ਨੇ ਕਿਹਾ ਵੀ ਇਹ 'ਚ ਤੂੰ ਪਹਿਲੀ ਵਾਰੀ ਸਾਨੂੰ ਸੋਹਣਾ ਲੱਗੀ ਹਾਂ ਹਾਂ ਉਹਦੇ ਵਿੱਚ ਯਾਨੀ ਕਿ ਉਹ ਵਾਕਈ ਉਹ ਮੈਨੂੰ ਜਦੋਂ ਮੈਂ ਵੀ ਵੇਖੀ ਨਾ ਅਤੇ ਉਹ ਜਿੰਨਾ ਚਿਰ ਨਹੀਂ ਸਟੋਰੀ ਪੂਰੀ ਰਿਵੀਲ ਹੁੰਦੀ ਉਹਨਾਂ ਚਿਰ ਮੈਨੂੰ ਵੀ ਲੱਗਿਆ ਮੈਂ ਕਿਹਾ ਵੀ ਲੱਗਦਾ ਵੀ ਅੱਛਾ ਇਹ 'ਚ ਮੈਂ ਮੁੰਡਾ ਫੱਬਿਆ ਸ਼ਾਇਦ ਕੁੜੀ ਲੈ ਹੀ ਜਾਊਗਾ ਉਹ ਕੰਮ ਨਹੀਂ ਫਿਰ ਐਂ ਮੈਨੂੰ ਯਾਦ ਹੈ ਇੱਕ ਵਾਰੀ ਯੂਨੀਵਰਸਿਟੀ ਮੈਂ ਪੜ੍ਹਦਾ ਸੀ ਨਾ ਫਿਰ ਇੱਕ ਮੁੰਡਾ ਜਦੋਂ ਇਲੈਕਸ਼ਨਾਂ ਹੁੰਦੀਆਂ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਅਤੇ ਉਹ ਆਇਆ ਕਹਿੰਦਾ ਯਾਰ ਤੂੰ ਇੱਥੇ ਕਿਵੇਂ ਮੈਂ ਕਿਹਾ ਮੈਂ ਇੱਥੇ ਪੜ੍ਹਦਾ ਮੇਰੀ ਯੂਨੀਵਰਸਿਟੀ ਆ ਉਹਦੇ ਮੱਥੇ 'ਤੇ ਤਿਉੜੀ ਜਿਹੀ ਇਹਨੂੰ ਲੱਗਿਆ ਵੀ ਇਹ ਸਾਲਾ ਕਿਸੇ ਦੇ ਨਾਲ ਆਇਆ ਅੱਛਾ ਅੱਛਾ ਉਹ ਕਹਿੰਦਾ ਮੈਂ ਵੀ ਪੜ੍ਹਨ ਵਾਲਾ ਇਹ ਪੜ੍ਹਨ ਪੜ੍ਹਨ ਵਾਲਾ ਕੰਮ ਹੈ ਨਹੀਂ ਉਹਨਾਂ ਨੂੰ ਐਂ ਲੱਗਦਾ ਇਹ ਚੱਕ ਚੁੱਕੇ ਇਹਨਾਂ ਨੇ ਐਵੇਂ ਫਿਲਮ ਫਿਲਮ 'ਚ ਪਾ ਲਿਆ ਉਹ ਕਹਾਣੀ ਨਹੀਂ ਸੁਣਦੇ ਹੁੰਦੇ ਵੀ ਸਨੀ ਦਿਓਲ ਨੂੰ ਸੱਚੇ ਭੇਡਾਂ ਚੜਾਉਂਦੇ ਚੱਕ ਕੇ ਲੈ ਗਿਆ ਉਵੇਂ ਹੀ ਫਿਰ ਉਹ ਮੈਨੂੰ ਕਹਿੰਦਾ ਯਾਰ ਤੂੰ ਉੱਥੇ ਕੋਈ ਜਿਹਨੂੰ ਮਿਲਦਾ ਸੀ ਕਹਿੰਦਾ ਯਾਰ ਤੂੰ ਰੀਅਲ ਲਾਈਫ 'ਚ ਲਾਈਫ 'ਚ ਤਾਂ ਜ਼ਿਆਦਾ ਸੋਹਣਾ ਫਿਲਮਾਂ 'ਚ ਤੈਨੂੰ ਕੀ ਹੋ ਹਾਲਾਂਕਿ ਉਲਟਾ ਹੁੰਦਾ ਜਿਹੜਾ ਦੂਜਾ ਰੀਅਲ ਲਾਈਫ 'ਚ ਮਾੜਾ ਜਿਹਾ ਹੁੰਦਾ ਵਿਚਾਰਾ ਉਹ ਸਿਨੇਮੇ 'ਚ ਜ਼ਿਆਦਾ ਸੋਹਣਾ ਲੱਗਦਾ ਫਿਰ ਮੈਂ ਕਿਹਾ ਕੋਈ ਨਹੀਂ ਉਹ ਵੀ ਦੇਣ ਆਉਣਗੇ ਹੌਲੀ ਹੌਲੀ ਬਟ ਮੈਂ ਕਿਹਾ ਚਲੋ ਲੰਮਾ ਜਾਣਾ ਕਦੇ ਸੋਚ ਕੇ ਆਪਾਂ ਕੀਤਾ ਨਹੀਂ ਕੰਮ ਘਰਦਿਆਂ ਨੇ ਕਦੇ ਕੋਈ ਫਿਲਮ ਵੇਖ ਕੇ ਕਿਹਾ ਵੀ ਸਾਨੂੰ ਆਹ ਕੋਈ ਉਹਨਾਂ ਦਾ ਕੋਈ ਫੇਵਰੇਟ ਉਹ ਕਹਿੰਦੇ ਹੁਣ ਹਾਂ ਸਾਨੂੰ ਆਹ ਉਹਨਾਂ ਨੂੰ ਸਾਰੀ ਵਧੀਆ ਲੱਗਦੇ ਸਾਰੀ ਵਧੀਆ ਲੱਗਦੀਆਂ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਦੱਸੀ ਜਾਣਾ ਪਿੰਡਾਂ 'ਚ ਆਡੀਅੰਸ ਤਾਂ ਇਹ ਹੁੰਦੀ ਹੈ ਕਿ ਯਾਰ ਮੁੰਡਾ ਸਾਡਾ ਟੀ ਵੀ 'ਚ ਆਉਂਦਾ ਓਕੇ ਉਨਾ ਹੀ ਬਹੁਤ ਹੁੰਦਾ ਕਿ ਠੀਕ ਆ ਫਿਲਮਾਂ 'ਚ ਹੁਣ ਮੈਂ ਆ ਕੇ ਪਿੰਡ ਦੇ ਮੋੜ ਦਾ ਨਾਂ ਪੁੱਛਿਆ ਹੁਣ ਸਾਨੂੰ ਉੱਦਾਂ ਨਾਂ ਹੋਵੇ ਤਾਂ ਉੱਦਾਂ ਬਾਪੂ ਦਾ ਨਾਂ ਪਤਾ ਕਰਨਾ ਪੈਂਦਾ ਹੁੰਦਾ ਸੀ ਨਾ ਉਹ ਉੱਥੇ ਤਾਸ਼ 'ਚ ਹੀ ਖੇਡਣ ਡਏ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀ ਜਗਜੀਤ ਕੇ ਘਰੇ ਆਉਣਾ ਉਹਨੇ ਮੈਂਟਰੀ ਉਹਨੇ ਇੱਕ ਵਾਰੀ ਉਹਨੂੰ ਪੁੱਛਿਆ ਕਿਹੜਾ ਜਗਜੀਤ ਹੁਣ ਜਗਜੀਤ ਹੁਣ ਪਿੰਡ 'ਚ ਹੋਰ ਵੀ ਹੋਣਗੇ ਨਾ ਹੁਣ ਜਗਜੀਤ ਹੁਣ ਨਾਂ ਬਣ ਚੁੱਕਾ ਨਾ ਬੰਦੇ ਨੂੰ ਸੈਲਫ ਮੇਡ ਨੂੰ ਪ੍ਰਾਊਡ ਅਤੇ ਵੀ ਮੇਰੇ ਖਿਆਲ ਦੇ ਨਾਲ ਸਿਰਫ ਇੱਕ ਮਾਂ ਪਿਓ ਦਾ ਬੱਚੇ ਨਾਲ ਇੱਕ ਐਸਾ ਰਿਸ਼ਤਾ ਵਾ ਜਿਹਦੇ ਵਿੱਚ ਜਦੋਂ ਬੱਚਾ ਮਾਂ ਪਿਓ ਨੂੰ ਵੀ ਕ੍ਰੋਸ ਕਰ ਜਾਏ ਨਾ ਮਾਂ ਪਿਓ ਖੁਸ਼ ਹੁੰਦੇ ਨੇ ਈਵਨ ਨਹੀਂ ਤਾਂ ਕੇਰੀ ਯਾਰੀ ਦੋਸਤ ਵੀ ਜੈਲਸ ਆ ਜਾਂਦੀ ਪਰ ਮਾਂ ਪਿਓ ਦਾ ਇੱਦਾਂ ਦਾ ਨਾਮ ਵੀ ਉਹ ਕਹਿਣ ਸਾਡੇ ਮੁੰਡੇ ਦੇ ਨਾਂ ਨਾਲ ਸਾਨੂੰ ਜਾਣਿਆ ਜਾਵੇ ਨਾ ਉਹ 'ਚ ਹੋਰ ਪ੍ਰਾਊਡ ਫੀਲ ਕਰਦੇ ਵਧੀਆ ਫੀਲ ਹੁੰਦਾ ਯਾਰ ਉਹਨਾਂ ਨੂੰ ਵੀ ਹੁਣ ਲੱਗਣ ਲੱਗ ਗਿਆ ਕਿ ਚਲੋ ਵਧੀਆ ਪਹਿਲਾਂ ਤਾਂ ਇਹੀ ਹੁੰਦਾ ਕਿ ਬਾਕੀ ਠੀਕ ਆ ਫਿਲਮਾਂ ਤਾਂ ਕਰਦਾ ਕੰਮ ਕੀ ਕਰਨਾ ਸਾਡੇ ਤੇ ਕੀ ਬੜਾ ਸਵਾਲ ਹੁੰਦਾ ਸੀ ਜਦੋਂ ਅਸੀਂ ਥੀਏਟਰ ਕਰਦੇ ਹੁੰਦੇ ਸੀ ਨਾ ਵੀ ਥੀਏਟਰ ਤਾਂ ਕਰਦਾ ਕੰਮ ਕੀ ਕਰਨਾ ਮੈਂ ਸਾਨੂੰ ਇਹ ਸਵਾਲ ਸੁਣ ਕੇ ਗੁੱਸਾ ਜਿਹਾ ਆਉਂਦਾ ਹੁੰਦਾ ਸੀ ਜਿਵੇਂ ਕਿ ਠੀਕ ਹੈ ਜੇ ਮੈਂ ਤੁਹਾਨੂੰ ਪੁੱਛਾਂ ਟੀਚਿੰਗ ਤਾਂ ਠੀਕ ਹੈ ਟੀਚਰ ਨੂੰ ਪੁੱਛਾਂ ਕੰਮ ਕੀ ਕਰਨਾ ਵੀ ਪੈਸਾ ਕਿੱਥੋਂ ਕਮਾਉਣਾ ਕਿਉਂਕਿ ਇਹਨੂੰ ਇਹਨੂੰ ਇਹ ਨਹੀਂ ਨਾ ਸਮਝਦੇ ਸੀ ਉਹਨੂੰ ਲੱਗਾ ਇਹ ਵਿਹਲਿਆਂ ਦਾ ਕੰਮ ਫਿਲਮਾਂ ਵਾਲਾ ਹਮੇਸ਼ਾ ਵਿਹਲਿਆਂ 'ਚ ਹੀ ਆਉਂਦਾ ਮਤਲਬ ਸਭ ਤੋਂ ਜ਼ਿਆਦਾ ਟਾਰਗੇਟ ਵੀ ਇਹੀ ਹੁੰਦੇ ਆ ਕਿਸੇ ਵੀ ਮੁੱਦੇ ਨੂੰ ਲੈ ਕੇ ਵੀ ਇਹ ਲੋਕ ਵਿਹਲੇ ਨੇ ਹਾਲਾਂਕਿ ਮੈਨੂੰ ਲੱਗਦਾ ਕਿ ਬਹੁਤ ਵੱਡਾ ਯੋਗਦਾਨ ਨਹੀਂ ਸੋਰੀ ਮੈਂ ਵਿੱਚੇ ਤੁਹਾਡੀ ਗੱਲ ਟੋਕਦੀ ਵੀ ਇਹ ਆਪਣੇ ਲੋਕਾਂ ਦੀ ਪਰਸੈਪਸ਼ਨ ਹੁੰਦੀ ਆ ਵੀ ਯਾਰ ਜਿਹੜੇ ਫਿਲਮਾਂ 'ਚ ਕੰਮ ਕਰਨ ਵਾਲੇ ਆ ਜਾਂ ਜਿਹੜੇ ਗਾਉਣ ਵਾਲੇ ਇਹਨਾਂ ਦੀ ਲਾਈਫ ਹੈ ਨਾ ਵੀ ਇਹਨਾਂ ਨੂੰ ਤਾਂ ਕੁਛ ਕਰਨ ਦੀ ਇਹਨਾਂ ਨੂੰ ਸ਼ਾਇਦ ਉੱਦਾਂ ਹੀ ਪੈਸਾ ਡਿੱਗੀ ਜਾਂਦਾ ਜਾਂ ਬਹੁਤ ਨਜ਼ਾਰੇ ਲੈਂਦੇ ਆ ਅਸੀਂ ਨਾ ਸਰਤਾਜ ਦੇ ਉਹਨਾਂ ਦੇ ਸਤਿੰਦਰ ਸਰਤਾਜ ਜੀ ਦੇ ਉਹਨਾਂ ਦੇ ਸ਼ੋਅ ਕਰਵਾਏ ਅਤੇ ਆਪਣੀ ਵੀ ਇਹੀ ਹੁੰਦੀ ਆ ਉਹਨਾਂ ਨੇ ਨਾ ਜਦੋਂ ਸਾਨੂੰ ਪਤਾ ਲੱਗਾ ਵੀ ਰੋਜ਼ ਯੂਰਪ ਦੀ ਇੱਕ ਕੰਟਰੀ ਸ਼ੋਅ ਕਰਕੇ ਉੱਥੋਂ ਆਪਣਾ ਸਾਰਾ ਸਮਾਨ ਲਪੇਟ ਕੇ ਫਲਾਈਟ ਲੈ ਕੇ ਰਾਤ ਨੂੰ ਉੱਥੇ 1-2 ਵਜੇ ਪਹੁੰਚਣਾ ਉੱਥੇ ਸੌਂ ਕੇ ਸਵੇਰੇ ਫਿਰ ਸ਼ੋਅ ਕਰਕੇ ਉੱਥੋਂ ਫਿਰ ਸਮਾਨ ਚੱਕ ਕੇ ਮੈਂ ਕਿਹਾ ਯਾਰ ਵੀ ਧੰਨ ਆ ਮੈਂ ਕਿਹਾ ਵੀ ਯਾਰ ਅਸੀਂ 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 ਸੋਚਦੇ ਅਸੀਂ ਬਾਹਰ ਰਹਿਣ ਵਾਲੇ ਅਸੀਂ ਮਿਹਨਤ ਕਰਦੇ ਪਰ ਮੈਂ ਕਿਹਾ ਭਰਾਵਾ ਵੀ ਧੰਨ ਆ ਵੀ ਜਿਹੜਾ ਤੁਸੀਂ ਰੋਜ਼ ਦੇ ਰੋਜ਼ ਟਰੈਵਲ ਕਰਨ ਡਿਆ ਕੰਟੀਨਿਊਸਲੀ ਅਤੇ ਜਿੱਦਣ ਉਹਨਾਂ ਨੇ ਯੂਰਪ ਦੇ ਸ਼ੋਅ ਲਾਸਟ ਸਾਡਾ ਸਪੇਨ ਦਾ ਸੀ ਸਪੇਨ ਦਾ ਸ਼ੋਅ ਮੰਗਾ ਕੇ ਤਾਂ ਮੈਨੂੰ ਕਹਿੰਦੇ ਵੀ ਅਸੀਂ ਦਿੱਲੀ ਏਅਰਪੋਰਟ ਤੋਂ ਫਿਰ ਸਿੱਧਾ ਦਿੱਲੀ ਕਹਿੰਦੇ ਸ਼ੋਅ 'ਤੇ ਜਾਣਾ ਗੱਲ ਉਹੀ ਵੀ ਉਹ ਮੇਨ ਪੰਗਾ ਦੇਖੋ ਉਹ ਤਾਂ ਦੱਸਿਆ ਨੇ ਸ਼ੋਅ 'ਤੇ ਜਾਣਾ ਜੇ ਉੱਥੋਂ 15-20 ਮਿੰਟ ਲੇਟ ਹੋ ਗਿਆ
ਹਵਾ ਖਰਾਬ ਹੋ ਗਈ ਸਮਝ ਰਹੇ ਹੋ ਇਹ ਚੀਜ਼ਾਂ ਜਿਹੀਆਂ ਬਹੁਤ ਜ਼ਿੰਮੇਵਾਰੀ ਵੀ ਬਹੁਤ ਪੈਂਦੀ ਸਟ੍ਰੈਸ ਬਹੁਤ ਵੱਧਦੀ ਹੈ ਉਹੀ ਲੱਗਦਾ ਬਾਅਦ ਹੁਣ ਜ਼ਿੰਮੇਵਾਰੀ ਵੀ ਹੈ ਹੁਣ ਪੰਗਾ ਹੈ ਕਿ ਪਹਿਲਾਂ ਸਗੋਂ ਜ਼ਿਆਦਾ ਹੱਸ ਖੇਡ ਲੈਂਦੇ ਜੀ ਅੱਗੇ ਵੀ ਮੈਂ ਹੱਸਦਾ ਹੁੰਦਾ ਜਿਹੜੇ ਆਪਣੇ ਯੂਨੀਵਰਸਿਟੀ ਵਾਲੇ ਨੇ ਉਹ ਮੈਨੂੰ ਕਹਿੰਦੇ ਹੁੰਦੇ ਯਾਰ ਤੂੰ ਤਾਂ ਇੰਨਾ ਫਨ ਕਰਦਾ ਹੁੰਦਾ ਜੀ ਹੁਣ ਹੋਸਟਲ 'ਚ ਲਾ ਲਓ ਇੱਥੇ ਲਾ ਲਓ ਪਿੰਡ 'ਚ ਵੀ ਦੇ ਲਓ ਇੰਨਾ ਫਨ ਕਰਦੇ ਹੁੰਦੇ ਜੀ ਹੁਣ ਪੰਗਾ ਹੈ ਕਿ ਜੇ ਹੁਣ ਫਨ ਕਰਦੇ ਹਾਂ ਕੁਛ ਐਸਾ ਹੋ ਜਾਵੇ ਉਹਦੀ ਪਰਸੈਪਸ਼ਨ ਹੋਰ ਬਣ ਜਾਂਦਾ ਹਾਲਾਂਕਿ ਜੀ ਬਹੁਤ ਕਰਦਾ ਕਿ ਉਵੇਂ ਰਹੀਏ ਹਾਲਾਂਕਿ ਵੀਡੀਓ ਪਿੱਛੇ ਇੱਕ ਵੀਡੀਓ ਨੂੰ ਮੈਂ ਐਜ਼ ਐਕਟਰ ਗੱਲ ਕਹਿ ਰਿਹਾ ਮੈਂ 20 ਤਰੀਕੇ ਨਾਲ ਉਹਨੂੰ ਕਹਿ ਸਕਦਾ 20 ਵੱਧ ਹੀ ਕਹਿ ਸਕਦਾ 50 ਤਰੀਕੇ ਨਾਲ ਕਹਿ ਸਕਦਾ ਵੀ ਇਹ ਬੰਦੇ ਨੇ ਐ ਕੀਤਾ ਤੇ ਮੈਨੂੰ ਐ ਕਿ ਬਿਨਾਂ ਅੱਖ ਬੰਦ ਕਰਕੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਖਾਸ ਕਰ ਜਿਹੜੇ ਪੇਜਸ ਬਣੇ ਹੋਏ ਆ ਨਾ ਉਹਦੀ ਉਹੀ ਰਿਐਲਿਟੀ 'ਚ ਜਾਣਾ ਬਹੁਤ ਜ਼ਰੂਰੀ ਇਹ ਤਾਂ ਹਰੇਕ ਚੀਜ਼ ਪੈਸਾ ਹੋ ਗਿਆ ਨਾ ਗੱਲ ਤਾਂ ਉਹੀ ਆ ਵੀ ਜੇ ਤੁਸੀਂ ਚੱਕਰ ਉਹੀ ਆ ਮੇਨ ਮੰਤਵ ਉਹੀ ਹੋ ਗਿਆ ਅੰਦਰ ਮਾਰਨਾ ਕਿਹੜਾ ਚੱਲੀ ਆਜੋ ਆਜੋ ਅੰਦਰ ਵੀ ਆਜੋ ਯਸ਼ ਚੋਪੜਾ ਦੀਆਂ ਫਿਲਮਾਂ 'ਚ ਪੰਜਾਬ ਨਹੀਂ ਹੁੰਦਾ ਯਸ਼ ਰਾਜ ਹਰਿਆ ਭਰਿਆ ਦੀਪ ਸਰਾ ਫਿਲਮ 'ਚ ਨਾ ਇੱਥੋਂ ਜੇ ਸ਼ਾਹਰੁਖ ਖਾਨ ਭੱਜਿਆ ਜਾਂਦਾ ਹੁੰਦਾ ਨਹੀਂ ਉਹ ਵੀ ਹੁੰਦੀਆਂ ਨਾ ਦਸ ਚੁੰਨੀਆਂ ਚੁੰਨੀਆਂ ਲੈ ਕੇ ਵੀ ਖੜੀ ਹੁੰਦੀ ਹੈ ਜੇ ਕਰਕੇ ਉਹ ਇੱਥੇ ਇਹੋ ਜਿਹੀ ਜਗ੍ਹਾ 'ਚ ਆਉਂਦੇ ਹੁੰਦੇ ਫਿਰ ਵਾਓ ਵਾਟ ਅ ਬਿਊਟੀ ਗ੍ਰੀਨ ਪੰਜਾਬ ਵੀ ਯਸ਼ ਚੋਪੜਾ ਨੇ ਦੋ ਹੀ ਥਾਵਾਂ ਹਿੱਟ ਕੀਤੀਆਂ ਪੰਜਾਬ ਤੇ ਇੱਕ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਵਿੱਚ ਉਹਦਾ ਬਕਾਇਦਾ ਕਾਂਸੇ ਦਾ ਉਹਦਾ ਪਿੱਤਲ ਦਾ ਤਾਂ ਬੁੱਤ ਲੱਗਾ ਪਿਆ ਉਹਦਾ ਉਹਨੇ ਖੁਦ ਕਹਿੰਦੇ ਵੀ ਉੱਥੇ ਲਿਖਿਆ ਵੀ ਹੈਗਾ ਵੀ ਸਾਡੇ ਜਿਹੜੇ ਰੀਜਨ ਨੂੰ ਵੀ ਇਹਨੇ ਬਹੁਤ ਟੂਰਿਜ਼ਮ ਨੂੰ ਸਾਡਾ ਜਿਹੜੇ ਰੀਜਨ 'ਚ ਵਧਾਇਆ ਅਤੇ ਉੱਥੇ ਵੇਖਣ ਵੀ ਬਹੁਤ ਜਾਣੇ ਉਹਦਾ ਬੁੱਤ ਦਾ ਹੀ ਉਹਦੇ ਰਿਵਿਊ ਬੜੇ ਆ ਉਹਦੇ ਉੱਥੇ ਬੁੱਤ ਜਿਹਾ ਵੇਖਣ ਜਾਂਦੇ ਉਹਦਾ ਗੂਗਲ ਪਲੇਸ ਬਣੀ ਆ ਉੱਥੇ ਉਹ ਚੀਜ਼ ਵੀ ਹੈ ਨਾ ਪੰਜਾਬ ਕੋਲ ਮੈਨੂੰ ਲੱਗਦਾ ਇਹ ਬਿਊਟੀ ਹੈ ਪੰਜਾਬ ਦੀ ਇੱਥੇ ਐਕਸਪਲੋਰ ਕਰਨ ਨੂੰ ਬਹੁਤ ਕੁਛ ਆ ਖੇਤੀ ਲੋਕ ਬੜੇ ਵਧੀਆ ਨੇ ਦੂਜਾ ਹੈ ਕਿ ਹਰਿਆ ਭਰਿਆ ਸਿਰਫ ਤੁਹਾਨੂੰ ਇਹੀ ਦਿਖੂਗਾ ਜਿੱਧਰ ਮਰਜ਼ੀ ਲੰਘ ਜਾਓ ਹੋਰ ਇੰਨੀ ਵਧੀਆ ਜ਼ਮੀਨ ਕਿਤੇ ਵੀ ਹੈ ਨੀ ਬੈਸਟ ਚੀਜ਼ ਇਹੀ ਹੈ ਕਿ ਸਾਰੇ ਮੌਸਮ ਵਧੀਆ ਰਹਿੰਦੇ ਆ ਨਾ ਹਰ ਟਾਈਮ ਕੁਛ ਨਾ ਕੁਛ ਫਸਲ 'ਚ ਹੁੰਦਾ ਹੀ ਹੁੰਦਾ ਨਿਆਣੇ ਹੁਣ ਤਾਂ ਬਸ ਫੋਨ ਦੇ ਦੋ ਹੁਣ ਚੱਕਰ ਹੈ ਕਿ ਉਹ ਕੰਮ ਬਾਕੀ ਘੱਟ ਗਿਆ ਜਿਵੇਂ ਕਹਿੰਦੇ ਹੁੰਦੇ ਨਾ ਜਾਮਨ ਦੀ ਲੱਕੜੀ ਵੀ ਇਹਦੀ ਕੱਚੀ ਹੁੰਦੀ ਕਹਿੰਦੇ ਏਡੀ ਮਜ਼ਬੂਤ ਨੀ ਹੁੰਦੀ ਵੱਖ ਕਰ ਦਈਏ ਹੋਣਾ ਤਾਂ ਨੀ ਉਹ ਚੀਜ਼ਾਂ ਪਰ ਬੈਲੈਂਸ ਜਿਹਾ ਲੂਜ਼ ਕਰਨ ਡਿਆ ਆਪਾਂ ਮੈਂਟਲੀ ਤੌਰ ਤੇ ਬਹੁਤ ਹਾਂ ਮੈਂਟਲੀ ਤੌਰ ਤੇ ਇੱਕ ਤਾਂ ਮੈਨੂੰ ਲੱਗਦਾ ਕਿ ਬੜੇ ਤੱਤੇ ਹੋ ਗਿਆ ਹਰ ਚੀਜ਼ ਨੂੰ ਲੱਗਦਾ ਕਿ ਅੱਜ ਹੀ ਮਿਲ ਜੇ ਹੈ ਨਾ ਮਿਹਨਤ ਵਾਲਾ ਜਿਹੜਾ ਮੈਨੂੰ ਲੱਗਦਾ ਪਹਿਲਾਂ ਸਫ਼ਰ ਬਹੁਤ ਸੀ ਸਫ਼ਰਾਂ ਦੇ ਚੱਕਰ 'ਚ ਸਾਡੇ ਵਾਲਾ ਤੋਂ ਪਹਿਲਾਂ ਹੀ ਸੁਣਦੇ ਹੁੰਦੇ ਸੀ ਇਹ ਪਤਾ ਨਹੀਂ ਕਿਹੜੀ ਪੀੜ੍ਹੀ ਦੇ ਆਪਾਂ ਤਾਂ ਮੈਨੂੰ ਲੱਗਦਾ VCR ਵੀ ਦੇਖਿਆ ਹੈ ਨਾ ਸੀਡੀਆਂ ਦੇਖੀਆਂ ਇੱਕ ਜਰਨੀ ਦੇਖੀ ਹੈ ਨਾ ਆਪਾਂ ਜਿਨ੍ਹਾਂ ਨੇ ਲੈਂਡਲਾਈਨ ਫੋਨ ਲੱਗਦੇ ਵੇਖੇ ਇਹ ਬੈਸਟ ਜਨਰੇਸ਼ਨ ਸੀ ਬੈਸਟ ਜਿਹਨੇ ਉਹਦਾ ਚੇਂਜ ਆਉਂਦੀਆਂ ਦੇਖੀਆਂ ਹੁਣ ਸਾਡੇ ਇੱਕ ਪਿੰਡ ਹੀ ਹੁੰਦਾ ਸੀ ਫੋਨ ਜਦੋਂ ਮੈਂ ਥੀਏਟਰ ਸ਼ੁਰੂ ਕੀਤਾ ਸੀ ਤੇ ਇੱਕ ਪਹਿਲਾਂ ਤਾਂ ਇੱਕ ਫੋਨ ਇੱਕ ਉਹਨਾਂ ਨੇ ਵੱਡੀ ਬੈਲ ਲਵਾਈ ਹੁੰਦੀ ਸੀ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਸੀ ਫੋਨ ਆ ਗਿਆ ਹੁਣ ਉੱਥੇ ਬੈਠੇ ਰਹਿੰਦੇ ਸੀ ਹੁਣ ਵੇਖ ਲਓ ਉੱਥੋਂ ਜਰਨੀ ਸ਼ੁਰੂ ਹੋਈ ਹੈ ਨਾ ਫਿਰ ਆਇਆ ਫਿਰ ਫੋਨ ਲੱਗਿਆ ਫਿਰ ਚਾਚੇ ਹੋਣਾ ਨੇ ਸਭ ਤੋਂ ਪਹਿਲਾਂ ਲਵਾਇਆ
ਉਹ ਮੈਨੂੰ ਫੋਨ ਕਰਕੇ ਕਹਿ ਦਿੰਦੇ ਸੀ ਵੀ ਉਹਨੂੰ ਕਹਿ ਦੋ ਵੀ ਇੰਨੇ ਵਜੇ ਮਲੋਹ ਪਹੁੰਚ ਜਾ ਅੱਛਾ 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 ਤੇ ਫਿਰ ਇੰਨਾ ਕਿ ਸੁਨੇਹਾ ਆਉਣਾ ਫਿਰ ਐਂ ਚੱਲਣਾ ਫਿਰ ਹੁਣ ਤਾਂ ਕਿੱਥੋਂ ਚੱਲੇ ਵੇਲਾ ਫਿਰ ਵੀ ਸੀ ਆਰ ਪੈਸੇ ਪਾਉਣੇ ਫਿਰ ਸੀ ਡੀ ਆ ਗਈ ਫਿਰ ਤਿੰਨ ਡਿਸਕਾਂ ਵਾਲੀ ਸੀ ਡੀ ਆਈ ਡੀ ਵੀ ਡੀ ਆਈ ਘੁੰਮਦੀਆਂ DVD ਆਈ ਫਿਰ ਕਿਸੇ ਨੇ ਵਾਕਮੈਨ ਕਿਸੇ ਨੇ ਬਾਹਰੋਂ ਭੇਜਦੀ ਸਾਨੂੰ ਨੀਂਦ ਨਾ ਆਇਆ ਕਰੇ ਵਾਕਮੈਨ ਚ ਰੀਲ ਪਾ ਕੇ ਉਹਨੇ ਕੰਨ ਨੂੰ ਹੈਡਫੋਨ ਲਾਏ ਸਾਨੂੰ ਲੱਗੇ ਬੰਦਾ ਹੀ ਇਹੀ ਹੈ ਹੁਣ ਵੇਲਾ ਆਪਾਂ ਜਿਹੜੀਆਂ ਬਾਹਰ ਨਹੀਂ ਮਾਰ ਇੱਥੇ ਵੀ ਲੱਗਦੀਆਂ ਹੋਣਗੀਆਂ ਨਾ ਉਹਦੀਆਂ ਸੰਡੇ ਮਾਰਕੀਟ ਵਗੈਰਾ ਹੁੰਦੀਆਂ ਉਹਨਾਂ ਜਿਹੜਾ ਐਂਟੀਕ ਜਿਹੇ ਜੋ ਉਹ ਇੱਕ ਇੱਕ ਦੋ ਦੋ ਪਾਉਂਡ ਦੀਆਂ ਵਿਕਣੀਆਂ ਹੁੰਦੀਆਂ ਉਹ ਚੀਜ਼ ਹੁਣ ਤਾਂ ਜਮਾ ਹੀ ਮਤਲਬ 5G ਤੁਹਾਡੇ ਹੱਥਾਂ ਚ ਫੋਨ ਨੇ ਹਨਾ ਤੇ ਜਦੋਂ ਕਹਿੰਦਾ ਮਤਲਬ ਜਿਹੜਾ ਫਿਲਮਾਂ ਫੁਲਮਾਂ ਵਾਲਾ ਸ਼ੌਂਕ ਵੀ ਬਚਪਨ ਤੋਂ ਸੀ ਵੀ ਹੈ ਤਾਂ ਟਿਪੀਕਲ ਜਿਹਾ ਕੁਐਸਚਨ ਬੜਾ ਪਰ ਵੀ ਕਿ ਚਾਣ ਚੱਕ ਜਿਹਾ ਕੋਈ ਹਾਸਾ ਹੋਇਆ ਵੀ ਇੱਧਰ ਨੂੰ ਮੋੜ ਜਿਹਾ ਮੁੜ ਗਿਆ ਕਿ ਜਾਂ ਪਹਿਲਾਂ ਤੋਂ ਲੱਗਦਾ ਸੀ ਵੀ ਇਹ ਕੰਮ ਕਰਨਾ ਕ੍ਰੀਏਟਿਵ ਸੀਗੇ ਬਟ ਐਂ ਕਿ ਗਾਈਡੈਂਸ ਵਧੀਆ ਮਿਲਣੀ ਅੱਛਾ ਪੰਗਾ ਕੀ ਹੁੰਦਾ ਕ੍ਰੀਏਟਿਵ ਕਈ ਵਾਰੀ ਕਈ ਬੰਦੇ ਹੁੰਦੇ ਆ ਉਹਨਾਂ ਨੂੰ ਰਸਤਾ ਨਹੀਂ ਮਿਲਦਾ ਉਹ ਹੋਰ ਪਾਸੇ ਵੇਸਟ ਕਰ ਦਿੰਦੇ ਤੇ ਉਹ ਜਦ ਤੁਹਾਨੂੰ ਇਹ ਪਤਾ ਲੱਗ ਜਾਏ ਨਾ ਵੀ ਤੁਸੀਂ ਕਰਨਾ ਕੀ ਜ਼ਿੰਦਗੀ 'ਚ ਮੈਨੂੰ ਲੱਗਦਾ ਪਤਾ ਲੱਗਣਾ ਹੀ ਬਹੁਤ ਵੱਡੀ ਗੱਲ ਆ ਜਿੱਤ ਹੁੰਦੀ ਆ ਸਹੀ ਗੱਲ ਆ ਬਾਅਦ ਚੋਂ ਰਸਤੇ ਵੱਲ ਨੂੰ ਬੰਦਾ ਤੁਰਿਆ ਜਾਂਦਾ ਭਾਵੇਂ ਸਲੋ ਵੀ ਤੁਰੇ ਪਰ ਟਾਰਗੇਟ ਮਿਲ ਜਾਂਦਾ ਇੱਥੇ ਪੰਗਾ ਕੀ ਹੈ ਤੁਸੀਂ ਮੈਂ ਪੁੱਛਦਾ ਹੁੰਦਾ ਵੈਸੇ ਜਾਣ ਕੇ ਵੀ ਕਰਨਾ ਕੀ ਹੈ ਪਤਾ ਹੀ ਨਹੀਂ ਕੀ ਕਰਨਾ BA ਕਰ ਲਈ ਅੱਗੇ ਹੀ ਕਰਨਾ ਪਤਾ ਹੀ ਨਹੀਂ ਪਤਾ MA ਕਾਹਦੀ ਮੈਂ ਕਰਨੀ ਕਾਹਦੀ ਹੈ ਉਹ ਵੀ ਨਹੀਂ ਪਤਾ ਇਹਦਾ ਦੇਖ ਲਾਂਗੇ ਜਿਹੜੀ ਮਿਲ ਗਈ ਮੈਨੂੰ ਲੱਗਦਾ ਵੀ ਜੇ ਤੁਸੀਂ ਅੱਧਾ ਕੰਮ ਮੈਂ ਕਹਿੰਦਾ ਮੰਜ਼ਿਲ 'ਤੇ ਤੁਸੀਂ ਨਾ ਪਹੁੰਚੋ ਕਿ ਤੁਹਾਡੀ ਅਗਲੀ ਪੀੜ੍ਹੀ ਪਹੁੰਚ ਜੂ ਪਰ ਇੱਕ ਟਾਰਗੇਟ ਤਾਂ ਸੈੱਟ ਕਰੋ ਹੁਣ ਮੇਰੇ ਲੱਗਦਾ ਕਿ ਮੈਨੂੰ ਟਾਰਗੇਟ ਸੈੱਟ ਕਰਨਾ ਹੀ ਸਭ ਤੋਂ ਬੈਸਟ ਚੀਜ਼ ਮੈਂ ਪ੍ਰੈਕਟੀਕਲੀ ਅਪਣਾਈ ਹੈ ਕਿ ਜਿਹੜੀ ਚੀਜ਼ ਮੈਂ ਸੋਚਦਾ ਉਹ 2 ਸਾਲਾਂ 'ਚ ਹੋ ਜਾਂਦੀ ਮੇਰੇ ਨਾਲ ਇਹ ਪਤਾ ਨਹੀਂ ਕੀ ਹੈ ਕੋਈ ਜਾਦੂ ਟੂਣਾ ਲਾ ਲਓ ਕੋਈ ਸਾਲਾ ਪਤਾ ਨਹੀਂ ਕੀ ਹੈ ਮੇਰੇ ਕੋਲ ਇਹ ਜਿਹਾ ਨਹੀਂ ਪਤਾ ਕੀ ਚੱਕਰ ਆਪਾਂ ਨੂੰ ਕੇਅਰ ਨਹੀਂ ਪਤਾ ਹੁੰਦਾ ਉਹਦੇ ਬੰਦੇ ਦੇ ਨਾ ਉਹਦੇ ਪ੍ਰਿੰਸੀਪਲ ਫੋਰ ਐਗਜ਼ਾਮਪਲ ਕਿਸੇ ਬੰਦੇ ਦਾ ਏਮ ਆ ਉਹ ਆਪਣੇ ਪਹਿਲੇ ਉਹਦਾ ਜ਼ਿੰਦਗੀ ਦਾ ਸਟਾਈਲ ਹੀ ਇੱਦਾਂ ਦਾ ਮੈਂ ਲੇਟ ਨਹੀਂ ਪਹੁੰਚਣਾ ਮੈਂ ਸਵੇਰੇ ਉੱਠਣਾ ਵੀ ਉਹਦੇ ਐਕਸ਼ਨ ਹੀ ਇੱਦਾਂ ਦੇ ਹੁੰਦੇ ਜਿਹੜੇ ਉਹਨੂੰ ਲੈ ਜਾਂਦੇ ਤੇ ਉਹਨੂੰ ਖੁਦ ਨੂੰ ਕੋਈ ਲੱਗਦਾ ਉਹਨੂੰ ਐਂ ਲੱਗਦਾ ਮੈਂ ਕੋਈ ਸਪੈਸ਼ਲ ਐਫਰਟ ਨਹੀਂ ਪਾਈ ਪਰ ਉਹਦਾ ਸਾਡੇ ਗੁਰੂ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਸਕਸੈਸ ਨਾ ਇਹਦੇ 'ਚ ਨਹੀਂ ਹੁੰਦੀ ਕਿ ਤੁਸੀਂ ਸ਼ੁਰੂ ਤੋਂ ਹੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀ ਹੈ ਲਾਈਕ ਕਹਿੰਦਾ ਵੀ ਜਦੋਂ ਤੁਸੀਂ ਉੱਠਦੇ ਹੋ ਸਵੇਰੇ ਉੱਠ ਕੇ ਕੀ ਕਰਦੇ ਹੋ ਮੈਨੂੰ ਲੱਗਦਾ ਕਹਿੰਦਾ ਸਕਸੈਸ ਉੱਥੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਉੱਠ ਕੇ ਆਪਣਾ ਜਿਹੜੀ ਚਾਦਰ ਹੈ ਉਹਦੀ ਤੈਅ ਮਾਰ ਉੱਥੋਂ ਕਹਿੰਦਾ ਸਕਸੈਸ ਦੀ ਜਰਨੀ ਸ਼ੁਰੂ ਹੁੰਦੀ ਹੁਣ ਜਦੋਂ ਇਹ ਗੱਲ ਜੀ ਸੁਣ ਲਈ ਹੋਣੀ ਹੈ ਸਾਡੀ ਕਲਾਸ ਵਾਲਿਆਂ ਨੇ ਉਹਦੇ 'ਚੋਂ ਅਗਲੇ ਦਿਨ ਚਾਦਰ 15 ਜਣੇ ਚਾਦਰ ਹੀ ਤੈਅ ਮਾਰੀ ਆ ਉਦੋਂ ਪਤਾ ਅੱਗੇ ਨਹੀਂ ਵਧੇ ਹੁਣ ਅਗਲੇ ਲਈ ਤਾਂ ਵੱਡੀ ਗੱਲ ਕਹੀ 15 ਜਣੇ ਚਾਦਰ 2 ਦਿਨ ਤੈਅ ਲਾਤੀ ਉਸ ਤੋਂ ਬਾਅਦ ਫੇਰ ਉਹੀ ਹਾਲ ਪੰਗਾ ਇਹੀ ਹੈ ਕਿ ਜਿਹੜੀ ਉਹ ਮਿਹਨਤ ਹੈ ਨਾ ਉਹ ਬਾਕੀ ਸਮੇਂ 'ਤੇ ਪਹੁੰਚਣਾ ਮੈਨੂੰ ਲੱਗਦਾ ਐਕਟਰ ਬਹੁਤ ਬਣਨਾ ਚਾਹੁੰਦੇ ਆ ਫੇਮਸ ਬਹੁਤ ਹੋਣਾ ਚਾਹੁੰਦੇ ਆ ਪਰ ਮੈਨੂੰ ਲੱਗਦਾ ਕਿ ਸਹੀ ਟਾਈਮ 'ਤੇ ਸਹੀ ਜਗ੍ਹਾ 'ਤੇ ਜਾਣਨਾ ਵੀ ਜ਼ਰੂਰੀ ਐਕਟਿੰਗ ਤਾਂ ਬਹੁਤ ਬਾਅਦ 'ਚ ਆਉਂਦੀ ਹੈ ਹੁਣ ਜੇ ਮੈਂ ਕਹਾਂ ਕਿ ਕੋਈ ਬੰਦਾ ਸਾਡੇ ਪਿੰਡ ਬੈਠਾ ਦੁਨੀਆਂ ਦਾ ਸਭ ਤੋਂ ਵਧੀਆ ਐਕਟਰ ਬੈਠਾ ਬਟ ਜੇ ਉਹ ਬੰਬੇ ਜਾਂ ਚੰਡੀਗੜ੍ਹ ਨਹੀਂ ਜਾਊਗਾ ਉਹ ਵਿਅਰਥ ਹੈ ਉਹਨੂੰ ਇਹ ਨਹੀਂ ਪਤਾ ਲੱਗੂਗਾ ਵੀ ਜਾਣਾ ਕਿੱਥੇ ਆ ਉਹ ਵੀ ਵਿਅਰਥ ਇਹ ਬੜਾ ਪੰਗਾ ਹੁੰਦਾ ਸਾਡੇ ਵਾਲਿਆਂ 'ਚ ਬਾਕੀ ਠੀਕ ਹੈ ਮੈਨੂੰ ਲੱਗਦਾ ਕਿ ਜਿਹੜੀ ਐਜੂਕੇਸ਼ਨ ਹੈ ਜਾਂ ਕੁਛ ਵੀ ਲਾ ਲਓ ਖਾਸ ਕਰ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਹੀ ਸਭ ਤੋਂ ਵੱਡੀ ਯੂਨੀਵਰਸਿਟੀ ਬਣੀ ਪਈ ਹੈ ਕੋਈ ਵੀ ਚੀਜ਼ ਹੈ ਛੇਤੀ ਦਿਲ 'ਤੇ ਲਾ ਜਾਂਦੇ ਆ ਉਹਦੇ 'ਚ ਜ਼ਿਆਦਾ ਐਜੂਕੇਸ਼ਨ ਜੇ ਰੱਬ ਨੇ ਤੁਹਾਨੂੰ ਗੂਗਲ ਦਿੱਤਾ ਹੀ ਹੈ ਤਾਂ ਮੈਨੂੰ ਲੱਗਦਾ ਉਹਦਾ ਸਹੀ ਇਸਤੇਮਾਲ ਇਹੀ ਪਹਿਲੀ ਫਿਲਮ ਦੀ ਸ਼ੂਟਿੰਗ ਲਈ ਪਹਿਲੀ ਜਾਨੀ ਕਿ ਆਊਟਡੋਰ ਆਊਟ ਆਫ ਇੰਡੀਆ ਸ਼ੂਟ ਵਾਸਤੇ ਕਿਹੜੀ ਫਿਲਮ ਵਾਸਤੇ ਗਏ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਮੈਂ ਗਿਆ ਸੀਗਾ ਫਿਲਮ ਦੀ ਸਕਰੀਨਿੰਗ ਸੀਗੀ ਕੈਨੇਡਾ ਗੌਰਮੈਂਟ ਦੀ ਸੀਗਾ ਫਿਰ ਮੇਰੇ ਲੱਗੇ ਇੱਥੇ ਉਹ ਸਾਰੇ ਗੋਰੇ ਬੈਠੇ ਮੇਰੇ ਲਈ ਟਰਾਂਸਲੇਟਰ ਸੱਦਿਆ ਗਿਆ ਟਰਾਂਸਲੇਟਰ ਮੈਨੂੰ ਇਹ ਲੱਗੇ ਮੈਂ ਇਹਨੂੰ ਦੱਸਾਂ ਕਿਹਨੂੰ ਤੇ ਵੱਡੇ ਵੱਡੇ ਜਿਹੜੇ ਹਾਲੀਵੁੱਡ ਦੇ ਐਕਟਰ ਸੀ ਉੱਥੇ ਐਵੇਂ ਕੌਫੀਆਂ ਕੂਫੀਆਂ ਪੀਂਦੇ ਰਹੇ ਉੱਥੇ ਮਤਲਬ ਪਹਿਲੀ ਵਾਰੀ ਮੈਂ ਉਹਨੂੰ ਦੇਖਿਆ
ਜਿਹੜਾ 300 ਚ ਰਾਜਾ ਬਣਿਆ ਸੀ ਅੱਛਾ ਅੱਛਾ ਬਟਲਰ ਹਾਂ ਹਾਂ ਤੇ ਉਦੋਂ ਮੇਰੇ ਲਈ ਰਾਜਾ ਐ ਸੀਗਾ ਵੀ ਬੰਦਾ ਦਾ ਹੈ ਕਿਉਂਕਿ ਉਹ ਬਹੁਤ ਸੋਹਣੀ ਫਿਲਮ ਬਣਾਈ ਉਹ ਵਾਕਈ ਤੇ ਉਹ ਮਿਲਿਆ ਉਹ ਨਾਰਮਲੀ ਹੈਨਾ ਐ ਫਿਰ ਮੈਨੂੰ ਲੱਗਿਆ ਯਾਰ ਇਹ ਐ ਇਹਨੂੰ ਕੁਛ ਛੇੜਦਾ ਹੀ ਕਿੱਥੇ ਇਹਦੇ ਬੌਂਸਰ ਬੌਂਸਰ ਕਿੱਥੇ ਨੇ ਸਾਨੂੰ ਤਾਂ ਐ ਲੱਗਦਾ ਹੁੰਦਾ ਨਾ ਉਹ ਐਂ ਹੀ ਤੁਰੇ ਫਿਰਦੇ ਯਾਰ ਫਿਰ ਲੱਗਿਆ ਬਹੁਤ ਜ਼ਿਆਦਾ ਐਕਸਪਲੋਰ ਹੋਇਆ ਉੱਥੇ ਜਾ ਕੇ ਫਿਰ ਵਧੀਆ ਲੱਗਿਆ ਕਿ ਪੰਜਾਬੀ 'ਚ ਆਪਾਂ ਸਾਰੀ ਗੱਲਬਾਤ ਕੀਤੀ ਹੈ ਨਾ ਅੱਗੋਂ ਇੰਗਲਿਸ਼ ਟਰਾਂਸਲੇਟ ਕਰੀ ਜਾਂਦਾ ਸੀ ਪਹਿਲੀ ਵਾਰੀ ਉੱਥੇ ਕਿਹਾ ਦੂਜੀ ਵਾਰੀ ਮੈਨੂੰ ਲੱਗਦਾ ਅਸੀਂ ਇੰਗਲੈਂਡ ਗਏ ਸੀ ਸੱਜਣ ਸਿੰਘ ਰੂਟ ਲਈ ਜਦੋਂ ਮੈਂ ਫਾਈਲ ਜੀ ਲਾਈ ਉਹ ਕਹਿੰਦਾ ਤੇਰੇ ਕਾਗਜ਼ ਕੂਗਜ਼ ਤਾਂ ਦੇਖ ਲਾ ਵੀ ਤੂੰ ਕੀ ਲਾਇਆ ਆ ਉਹ ਮੈਂ ਕਿਹਾ ਜੀ ਉਹਨਾਂ ਨੀ ਸੱਦਿਆ ਮੇਰਾ ਜੀ ਵੀਜ਼ਾ ਆ ਗਿਆ 30 ਦਿਨ ਚ ਹਾਲਾਂਕਿ ਉਹਨਾਂ ਨੇ ਹੋਰ ਟਾਈਮ ਲੱਗਦਾ ਸੀ ਉਹਨਾਂ ਨੇ ਫੋਨ ਕਰਾ ਕੇ ਵੀ ਇਸ ਬੰਦਾ ਸਾਨੂੰ ਚਾਹੀਦਾ ਤੇ ਲੱਗ ਗਿਆ ਵੀਜ਼ਾ ਫਿਰ ਕਹਿੰਦੇ ਕੈਨੇਡਾ ਦਾ ਵੀਜ਼ਾ ਲੱਗ ਗਿਆ ਫਿਰ ਮੈਂ ਜਾਣਾ ਪੰਜਾਬ ਤੋਂ ਹੀ ਜਿਹੜਾ ਬੰਦਾ ਕੈਨੇਡਾ ਜਾਂਦਾ ਉਹਨੂੰ ਐਂ ਲੱਗਦਾ ਉਦੋਂ ਮੈਨੂੰ ਇੱਕ ਅੱਧੀ ਫਿਲਮ ਆਈ ਸੀ ਅਜੇ ਤੇ ਮੈਂ ਪਹੁੰਚ ਗਿਆ ਉੱਥੇ ਤੇ ਫੋਨ ਤੇ ਗੱਲ ਹੋਈ ਹੁਣ ਜਾ ਕੇ ਬੰਦੇ ਨੂੰ ਐਂ ਲੱਗਦਾ ਹੁੰਦਾ ਨਾ ਕਿਹਨੂੰ ਦੱਸੀਏ ਫੋਨ ਫਾਨ ਕਰੀਏ ਉਹ ਕਹਿੰਦੇ ਨੇ ਇੱਕ ਨੇ ਰਾਇ ਦਿੱਤੀ ਬਾਈ ਭੱਜ ਆ ਇੱਥੋਂ ਅੱਛਾ ਬਹੁਤ ਸਹੀ ਜਗ੍ਹਾ ਤੇ ਆ ਤੇਰੀ ਸੁਣ ਲਈ ਆ ਮੇਰੀ ਗੱਲ ਸੁਣ ਮੈਂ ਕਿਹਾ ਮੈਂ ਹੋਟਲ ਚ ਬੈਠਾ 5-star ਟ੍ਰਾਂਟੋ ਦੇ ਜਿਹੜਾ ਉਹ ਟਾਵਰ ਜਿਹਾ ਉਹਦੇ ਸਾਹਮਣੇ ਹੋਟਲ ਸੀ ਮੈਂ ਯਾਰ ਮੈਂ ਤਾਂ ਇੱਥੇ ਰਾਜਾ ਬੈਠਾ ਇਹਨਾਂ ਦੀ ਗੌਰਮੈਂਟ ਨੇ ਸੱਦਿਆ ਇਹਨੂੰ ਕਹਿੰਦਾ 2 ਦੇਣੀ ਆ ਭੱਜ ਆ ਸਾਰੀ ਉਮਰ ਐਸ ਕਰੇਗਾ ਉਹ ਮੈਂ ਕਿਹਾ ਨਹੀਂ ਯਾਰ ਵੀ ਮੇਰਾ ਟਾਰਗੇਟ ਕੁਛ ਹੋਰ ਆ ਵੀ ਆਪਾਂ ਨੂੰ ਜੇ ਚਾਹਿਆ ਵੀ ਰੱਬ ਨੇ ਆਪਾਂ ਆਉਂਦੇ ਜਾਂਦੇ ਰਵਾਂਗੇ ਆਪਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਪਹਿਲੀ ਸਲਾਹ ਇਹੀ ਸੀ ਵੀ ਭੱਜ ਵੀ ਫਿਲਮਾਂ ਫੁਲਮਾਂ ਕੋਈ ਪਤਾ ਨਹੀਂ ਚੱਲਦੀਆਂ ਨਹੀਂ ਚੱਲਦੀਆਂ ਬਟ ਸਾਰੀ ਉਮਰ ਉੱਥੇ ਟਰੱਕ ਚਲਾ ਪੈਸੇ ਕਮਾ ਇਹ ਤਾਂ ਹੈਗੀ ਸੀ ਇਹ ਇੰਟਰਵਿਊ ਦਾ ਨਾਂ ਰੱਖਣਾ ਆਪਾਂ ਮੱਕੀ ਇੰਟਰਵਿਊ ਚਰੀ ਇੰਟਰਵਿਊ ਸਹੀ ਗੱਲ ਆ ਮਿਊਜ਼ਿਕ ਵੀ ਲਾਈਏ ਭਾਜੀ ਉਹ ਜਦੋਂ ਸਟਾਰਟਿੰਗ ਹਾਈਲਾਈਟ ਜੇ ਵੀ ਕੀ ਕਰਕੇ ਕੀ ਕਹਿ ਦਿੱਤਾ ਉਹਨਾਂ ਨੇ ਕੀ ਕਹਿ ਦਿੱਤਾ ਉਹਨਾਂ ਬਾਰੇ ਜਗਜੀਤ ਸੰਧੂ ਨੇ ਖੋਲੇ ਰਾਜ ਰਾਜ ਭਿਆਨਕ ਦੀਆਂ ਚੀਜ਼ਾਂ ਲਾਉਂਦੇ ਭਿਆਨਕ ਭਿਆਨਕ ਜਿਹਾ ਮਿਊਜ਼ਿਕ ਹੋ ਗਿਆ ਨਾ ਉਹ ਕਈ ਚੈਨਲ ਵਾਲੇ ਵੀ ਐਂ ਲਿਖ ਦਿੰਦੇ ਨੇ ਅੱਗੇ ਟਾਈਟਲ 'ਚ ਕੁਛ ਲਿਖਿਆ ਹੁੰਦਾ ਪਰ ਅੱਗੇ ਜਾ ਕੇ ਕੁਛ ਹੋਰ ਬਣ ਜਾਂਦਾ ਉਹਦਾ ਖਬਰ ਵਿੱਚ ਨਹੀਂ ਹੁੰਦੀ ਜ਼ਿਆਦਾ ਜ਼ਿਆਦਾ ਮੈਂ ਤਾਂ ਕਹੀ ਕੋਈ ਜ਼ਰੂਰੀ ਮੇਰਾ ਦਿਲ ਵੀ ਕਰੇ ਨਾ ਵੀਡੀਓ ਦੇਖਣ ਨੂੰ ਅਤੇ ਜੇ ਕਿਸੇ ਨੇ ਇਹੋ ਜਿਹੇ ਲੱਛਣ ਜੇ ਕੀਤੇ ਹੋਣ ਨਾ ਤਾਂ ਮੈਂ ਨਹੀਂ ਵੇਖਣੀ ਮੈਂ ਨਹੀਂ ਦੇਖਣੀ ਹੈ ਜੇ ਇਹੋ ਜਿਹਾ ਵੀ ਮੈਨੂੰ ਲੱਗੇ ਵੀ ਯਾਰ ਆਡੀਅੰਸ ਨੂੰ ਆਲਰੇਡੀ ਇਹਨਾਂ ਨੇ ਬੇਵਕੂਫ ਸਮਝਿਆ ਇਹਨਾਂ ਨੇ ਹੈ ਨਾ ਸਹੀ ਗੱਲ ਉਹ ਚੱਕਰ ਹੋ ਜਾਂਦਾ ਨਹੀਂ ਜ਼ਰੂਰੀ ਵੀ ਹੈ ਉਹ ਉਹ ਇਸ ਚੱਕਰ 'ਚ ਵੇਚਦੇ ਆ ਵੀ ਇਦੋਂ ਬਿਨਾਂ ਹੁਣ ਮਸਾਲੇ ਲਾ ਕੇ ਬਿਨਾਂ ਕੋਈ ਖਬਰ ਚੱਲਦੀ ਨਹੀਂ ਯਕੀਨ ਕਰਨਾ ਪਊਗਾ ਨਾ ਵੀ ਵੇਖਣ ਵਾਲੀ ਡੀਸੈਂਟ ਵੀ ਚੀਜ਼ ਇੱਕ ਨਾਰਮਲ ਵੇ ਜਿਹੜੀ ਆਡੀਅੰਸ ਹੁੰਦੀ ਹੈ ਨਾ ਰੌਲਾ ਹੈ ਕਿ ਪੜ੍ਹੀ ਲਿਖੀ ਹੈ ਨੀ ਪੋਪੂਲੇਸ਼ਨ ਵਾਲੀ ਜਿਹੜੀ ਅਵੇਅਰਨੈਸ ਆਉਣੀ ਕਿੱਥੋਂ ਆ ਸਕੂਲਾਂ ਯੂਨੀਵਰਸਿਟੀਆਂ ਤੋਂ ਉਹਨਾਂ ਨੂੰ ਬੰਦ ਕਰਨ ਦੇ ਲੱਗੇ ਹੋਏ ਪੰਗਾ ਇੱਥੇ ਹੀ ਆ ਸਾਰਾ ਘੁੰਮ ਕੇ ਜੇ ਪੜ੍ਹ ਗਏ ਤਾਂ ਥੋੜ੍ਹੀ ਜਿਹੀ ਅਕਲ ਆ ਜੂ ਇਹਨਾਂ ਨੂੰ ਇਹ ਪਤਾ ਲੱਗ ਜਾਣਾ ਵੀ ਸਹੀ ਕੀ ਆ ਹੁਣ ਮੈਂ ਉਹੀ ਕਹਿੰਦਾ ਹੁੰਦਾ ਵੀ ਪਲੱਸ ਟੂ ਤੱਕ ਤਾਂ ਸਾਡੀਆਂ ਲੜਾਈਆਂ ਲੜੀਆਂ ਹੀ ਚੱਲੀ ਜਾਂਦੀਆਂ ਨਾ ਪੋਲੀਟੀਕਲ ਸਾਇੰਸ ਸਬਜੈਕਟ ਜਦੋਂ ਮੈਂ ਬੀ ਏ 'ਚ ਆਇਆ ਸੀ ਮੈਨੂੰ ਅਤੇ ਮੈਨੂੰ ਲੱਗਿਆ ਯਾਰ ਇਹ ਸਾਨੂੰ ਪਹਿਲਾਂ ਕਿਉਂ ਨਹੀਂ ਲੱਗਿਆ ਅੱਛਾ ਇਹ ਤਾਂ ਯਾਰ 5ਵੀਂ ਤੋਂ ਚਾਹੀਦਾ ਵੀ ਪੋਲੀਟੀਕਲ ਆਪਾਂ ਦੇਖੋ ਕੀ ਕਰਦੇ ਹਾਂ ਆਪਾਂ ਰਾਜਨੀਤੀ 'ਚ ਤੁਸੀਂ ਸੋਸ਼ਲ ਮੀਡੀਆ 'ਤੇ ਪਾ ਲਓ ਹਰ ਬੰਦਾ ਰਾਜਨੀਤੀ ਨੂੰ ਗਾਲਾਂ ਕੱਢਦਾ ਬਈ ਬਹੁਤ ਗੰਦੀ ਰਾਜਨੀਤੀ ਹੈ ਨੇਤਾ ਖਾਂਦੇ ਆ ਨੇਤਾ ਲੁੱਟਦੇ ਆ ਇਹ ਵੋਟਾਂ ਮੰਗਣ ਆਉਂਦੇ ਆ ਸਭ ਨੂੰ ਪਤਾ ਨਾ ਪਰ ਠੀਕ ਹੀ ਨਹੀਂ ਕਰਨਾ ਰਾਜਨੀਤੀ ਨੂੰ ਗਾਲਾਂ ਕੱਢਣੀਆਂ ਹੱਲ ਥੋੜ੍ਹੀ ਹੈ ਜਦੋਂ ਮੈਂ ਪੋਲੀਟੀਕਲ ਸਾਇੰਸ ਪੜ੍ਹਦਾ ਸੀ ਮੈਨੂੰ ਲੱਗਿਆ ਯਾਰ ਹੱਲ ਗਾਲਾਂ ਕੱਢ ਕੇ ਥੋੜ੍ਹੀ ਹੈ ਤੁਹਾਡਾ ਵੀ ਓਨਾ ਹੀ ਫਰਜ਼ ਬਣਦਾ ਨਾ ਵੋਟਾਂ ਤੁਸੀਂ ਪਾਉਣੀਆਂ ਨਾ ਜਿੱਦਣ ਇਹ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਵੋਟ ਦੀ ਕੀਮਤ ਕਿੰਨੀ ਹੈ ਸਾਰਾ ਸਿਸਟਮ ਸਹੀ ਹੋਊਗਾ ਫਿਰ ਮੈਨੂੰ ਲੱਗਿਆ ਯਾਰ ਇਹ ਸਾਡਾ ਸਕੂਲ 'ਚ ਕਿਉਂ ਨਹੀਂ ਸਿਖਾਇਆ ਗਿਆ ਇਹ ਚੀਜ਼ਾਂ ਬੇਸਿਕ ਸਟਰਕਚਰ ਕੀ ਆ ਵੀ ਤੁਹਾਨੂੰ ਪਤਾ ਲੱਗੇ ਵੀ ਰਾਜਨੀਤੀ ਹੁੰਦੀ ਕੀ ਹੈ ਹੁਣ ਕਹਿਣ ਨੂੰ ਤਾਂ ਲੋਕਤੰਤਰ ਹੈ ਨਾ ਲੋਕਾਂ ਦੀ ਸਰਕਾਰ ਪਰ ਮੈਨੂੰ ਲੱਗਦਾ ਲੋਕਾਂ ਦੀ ਹੁੰਦੀ ਨਹੀਂ ਇੱਕ ਮੈਨੂੰ ਲੱਗਦਾ ਮੈਨੂੰ ਯਾਦ ਹੈ ਇੱਕ ਵਾਰੀ ਨਾ ਸੈਮੀਨਾਰ ਲੱਗਿਆ ਅਤੇ ਸਾਡੇ ਕਾਲਜ 'ਚ ਨਾ ਆਏ ਰਾਜਨੀਤੀ ਸ਼ਾਸਤਰ ਦੇ ਵੱਡੇ ਵੱਡੇ ਟੀਚਰ ਅਤੇ ਕਹਿੰਦੇ ਵੀ ਦੱਸੋ ਵੀ ਤੁਹਾਡੇ 'ਚ ਜੇ ਕੋਈ ਸੀਐਮ ਬਣਿਆ ਤਾਂ ਉਹ ਕੀ ਕਰੂੰਗਾ ਸਭ ਨੇ ਦਿੱਤੇ ਵੀ ਮੈਂ ਲੋਕਾਂ ਦੀ ਸੇਵਾ ਕਰੂੰਗਾ ਕੋਈ ਕਹਿੰਦਾ ਮੈਂ ਐਂ ਕੰਮ ਕਰੂੰਗਾ ਅੱਜ ਕੱਲ੍ਹ ਇਹ ਬੜਾ ਚੱਲਦਾ ਨਾ ਡਾਊਨ ਟੂ ਅਰਥ ਹੋਣਾ ਵਿਕਦਾ ਬਹੁਤ ਆ
ਮੈਂ ਚੀਜ਼ਾਂ ਬਹੁਤ ਦੇਖਦਾ ਫਲਾਣੇ ਦਾ ਜਾ ਕੇ ਚਾਹ ਪੀਤੀ ਵਾਓ ਆਹੋ ਇਹ ਬਾਕੀ ਇਹ ਨਿਊਜ਼ ਬੜੀ ਹੁੰਦੀ ਆ ਕਿੱਡੀ ਕਿੱਡੀ ਇਸ ਚੀਜ਼ ਨੂੰ ਮਹਾਨ ਕਿੱਡਾ ਸਮਝਿਆ ਕਿਸੇ ਨੇ ਇਕਨੋਮੀ ਕਲਾਸ ਟਰੈਵਲ ਕਰ ਲਿਆ ਵਾਓ ਰਾਹ ਜਾਂਦੇ ਗੱਡੀ ਰੋਕ ਕੇ ਪਾਣੀ ਪੀ ਲਿਆ ਵਾਓ ਲੋਕਾਂ ਨੂੰ ਲੱਗਦਾ ਡਿਲਿਟ ਜੀ ਅਸੀਂ ਬਈ ਇਹ ਚੀਜ਼ ਤਾਂ ਹੋਣੀ ਹੀ ਨਹੀਂ ਚਾਹੀਦੀ ਸੀ ਤੇ ਉਹ ਮੁੰਡੇ ਦਾ ਮੈਨੂੰ ਆਨਸਰ ਐਡਾ ਸੋਹਣਾ ਲੱਗਿਆ ਨਾ ਕਹਿੰਦੇ ਤੂੰ ਸੀ ਐ ਬਣ ਕੇ ਕੀ ਕਰੇਗਾ ਕਹਿੰਦਾ ਜੀ ਮੈਂ ਤਾਂ ਕੁੱਤੂ ਰੱਜ ਕੇ ਅੱਛਾ ਕਹਿੰਦਾ ਮੈਂ ਸਭ ਨੂੰ ਕੁੱਟੂ ਟੀਚਰ ਮਾਸਟਰ ਆਮ ਬੰਦਾ ਰੱਜ ਰੱਜ ਕੁੱਟੂ ਕਹਿੰਦਾ ਕੁੱਟ ਕੁੱਟ ਕੇ ਕੱਢੂ ਤੂੰ ਇਹਨਾਂ ਦਾ 5 ਸਾਲ ਅੱਛਾ ਕਹਿੰਦਾ ਫੇਰ ਇਹਨਾਂ ਨੂੰ ਪਤਾ ਲੱਗੂਗਾ ਵੋਟ ਦੀ ਕੀਮਤ ਕੀ ਹੁੰਦੀ ਕਹਿੰਦਾ ਕਿਉਂਕਿ ਲੋਕ ਚਾਹੁੰਦੇ ਆ ਕਿ ਸਾਡਾ ਇੱਥੇ ਐ ਹੋਵੇ ਬਈ ਫਿਰ ਮੈਨੂੰ ਲੱਗਿਆ ਯਾਰ ਕਿੱਡਾ ਵਾਲਾ ਹੈ ਤਾਂ ਉਦੋਂ ਹੱਸ ਪਏ ਲੋਕ ਪਰ ਮੈਨੂੰ ਉਹਦਾ ਆਨਸਰ ਬਹੁਤ ਓਨੈਸਟਲੀ ਲੱਗਿਆ ਵੀ ਕਿੱਡੀ ਚ ਪਾਵਰ ਹੈ ਵੀ ਜੋ ਲੋਕ ਚਾਹੁੰਦੇ ਉਹੀ ਜਿਵੇਂ ਇੱਥੇ ਉਲਟਾ ਬਹੁਤ ਜ਼ਿਆਦਾ ਉਹ ਕਹਾਣੀ ਨੀ ਸੁਣੀ ਉਹ ਵੀ ਕੋਈ ਬਣਦਾ ਏਦਾਂ ਹੀ ਉਹਨੂੰ ਰਾਜਾ ਬਣ ਜਾਂਦਾ ਤੇ ਉਹ ਪਹਿਲਾਂ ਵੀ ਉਹ ਟੈਕਸ ਜੇ ਲਾ ਦਿੰਦਾ ਤਾਂ ਵੀ ਲੋਕੀ ਕੁਛ ਨੀ ਕਹਿੰਦੇ ਤੇ ਉਹ ਵੀ ਚੁੱਪ ਬਾਅਦ ਚੋਂ ਕਹਿੰਦਾ ਵੀ ਐਂਡੀ ਸੜਕਾਂ ਦੀ ਜਿਹਨੇ ਲੰਘਣਾ ਇਹਨਾਂ ਦੇ ਛਤਰ ਮਾਰਨੇ ਇੰਨੇ ਨੇ ਜਿਹਨੇ ਇਹਦੀ ਲੰਘਣਾ ਲੋਕੀ ਉਹ ਵੀ ਏਦਾਂ ਉਹ ਬੜੇ ਤਸ਼ੱਦਦ ਤਸ਼ੱਦਦ ਕਰਦਾ ਹੋਣਾ ਛਤਰ ਜਿਹੜੇ ਵੀ ਕੰਮ ਤੇ ਇੱਧਰ ਜਾਣਾ ਉਹਦੇ ਵੀ ਛਤਰ ਫਿਰਨਗੇ ਜਿਹੜਾ ਇਹਦੇ ਜੋ ਉਹਦੇ ਵੀ ਇੰਨੇ ਫਿਰਨਗੇ ਇੱਕ ਦਿਨ ਬੜੇ ਲੋਕ ਇਕੱਠੇ ਹੋ ਗਏ ਰਾਜਾ ਕਹਿੰਦਾ ਵੀ ਲੈ ਵੀ ਲੱਗਦਾ ਵੀ ਜਨਤਾ ਜਾਗ ਗਈ ਆ ਹਨਾ ਉਹ ਕਹਿੰਦਾ ਵੀ ਲੱਗਦਾ ਗੱਲ ਬਣ ਗਈ ਆ ਵੀ ਉਹ ਜੋ ਜੋ ਚਾਹੁੰਦਾ ਸੀ ਆਹੀ ਜਿਹੜੀ ਸਟੋਰੀ ਦੱਸੀ ਮੈਂ ਛਤਰ ਇੰਨੇ ਮਾਰਨੇ ਇਹਨਾਂ ਨੂੰ ਜਾਗ ਆਜੂਗੀ ਤੇ ਉਹ ਲੋਕ ਇਕੱਠੇ ਹੋ ਕੇ ਦਰਬਾਰ ਦੇ ਵਿੱਚ ਆ ਗਏ ਕਿਉਂਕਿ ਉਹਨੇ ਉਹ ਤਾਂ ਪੂਰਾ ਪਰ ਉਮੀਦ ਸੀ ਵੀ ਗੱਲ ਬਣੂ ਤੇ ਲੋਕਾਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਜੀ ਅਸੀਂ ਨਾ ਕੰਮ ਕਰਾ ਕਰਨ ਨੂੰ ਲੇਟ ਹੋ ਜਾਂਦੇ ਜਿਹੜੇ ਤਾਂ ਛਿੱਤਰ ਮਾਰਨ ਵਾਲੇ ਬੰਦੇ ਉਹ ਥੋੜੇ ਆ ਤੇ ਪਲੀਜ਼ ਉਹ ਬੰਦੇ ਥੋੜੇ ਜਿਹੇ ਆਪਣੇ ਵਧਾ ਲਓ ਕਿ ਤਾਂ ਛੇਤੀ ਫਾਰਕ ਹੋ ਜਾ ਕਰੀਏ ਸਹੀ ਗੱਲ ਇਹ ਵੀ ਇੱਕ ਕਹਾਣੀ ਆ ਓਕੇ ਜੀ ਸਵਾਲ ਮੇਰੇ ਉਦੋਂ ਦਿਮਾਗ 'ਚ ਆਇਆ ਸੀ ਕਿ ਜਦੋਂ ਮਸ਼ਹੂਰੀ ਮਿਲੀ ਹੈ ਨਾ ਜਦੋਂ ਫਿਲਮ ਚੱਲੀ ਭੋਲੇ ਦਾ ਕਰੈਕਟਰ ਹਿੱਟ ਹੋਇਆ ਅਤੇ ਉਹ ਜਿਵੇਂ ਸ਼ਸ਼ਾਂਤ ਸਿੰਘ ਦੀ ਮੈਂ ਇੰਟਰਵਿਊ ਸੁਣੀ ਸੀ ਉਹੀ ਸਵਾਲ ਜਿਹਾ ਮੇਰੇ ਦਿਮਾਗ 'ਚ ਉਹ ਕਹਿੰਦਾ ਵੀ ਮੈਂ ਵੀ ਖੁਦ ਹੀ ਮੌਲ ਦੇ ਵਿੱਚ ਚੱਲ ਜਾਂਦਾ ਹੁੰਦਾ ਵੀ ਸ਼ੁਰੂ ਸ਼ੁਰੂ ਇੰਜੋਏ ਕਰਨ ਨੂੰ ਜਾਂ ਨਹੀਂ ਸੱਚ ਉਹਦਾ ਜਦੋਂ ਸੀਰੀਅਲ ਵਗੈਰਾ ਉਹਨੇ ਕੰਮ ਕੀਤਾ ਸੀ ਨਾ ਉਹਦਾ ਪਹਿਲਾ ਸੀਰੀਅਲ ਸੀਰੀਅਲ ਵਗੈਰਾ ਤਾਂ ਆਪਾਂ ਕਿੱਦਾਂ ਇਹਨੂੰ ਇੰਜੋਏ ਕੀਤਾ ਜਾਨੀ ਕਿ ਜੇ ਮੈਂ ਤਾਂ ਬਹੁਤ ਇੰਜੋਏ ਕੀਤਾ ਮੈਂ ਇੰਟਰਟੇਨਮੈਂਟ ਬਹੁਤ ਕੀਤਾ ਜਦੋਂ ਐਂ ਜੇ ਆਈ ਫਿਲਮ ਅਤੇ ਪਹਿਲੀ ਉਹ ਹਿੱਟ ਹੋ ਗਈ ਅਤੇ ਹੁਣ ਪੰਗਾ ਇਹ ਸੀ ਕਿ ਨੋਰਮਲ ਲਾਈਫ ਇੱਕਦਮ ਥੋੜ੍ਹੀ ਬਦਲਦੀ ਹੈ ਉਵੇਂ ਅਸੀਂ ਮੰਡੀ 'ਚ 15 ਮੰਡੀ ਲੱਗਦੀ ਹੁੰਦੀ ਚੰਡੀਗੜ੍ਹ ਸੈਕਟਰ 'ਚ ਉੱਥੋਂ ਹੀ ਸਬਜ਼ੀਆਂ ਲੈਣ ਜਾਂਦੇ ਹੁੰਦੇ ਸੀ ਹਫ਼ਤੇ ਦੀਆਂ ਹੁਣ ਮੇਰੀ ਡਿਊਟੀ ਸੀ ਸਬਜ਼ੀ 'ਤੇ ਹੁਣ ਪੰਗਾ ਆਇਆ ਉੱਥੇ ਕੀ ਆ ਕਿ ਇੰਸੀਡੈਂਟ ਯਾਦ ਆ ਮੈਨੂੰ ਅਤੇ ਮੇਰੇ ਮਗਰ ਸੀਗੇ ਦੋ ਡਾਊਟ ਸੀ ਉਹਨਾਂ ਨੂੰ ਐਂ ਹੁੰਦਾ ਨਾ ਵੀ ਜਿਹੜਾ ਫਿਲਮਾਂ ਫੁਲਮਾਂ 'ਚ ਆਉਂਦਾ ਉਹ ਤਾਂ ਫੋਰਚੂਨਰ 'ਚ ਉਤਰਦਾ ਦੋ ਕੁ ਬੰਦੇ ਅੱਗੇ ਹੁੰਦੇ ਆ ਅਤੇ ਅਸੀਂ ਤੁਰੇ ਜਾਈਏ ਮੇਰੇ ਐਡੇ ਕੁ ਕੈਪਰੀ ਜੀ ਪਾਈ ਹੋਈ ਚੱਪਲਾਂ ਮਾਈਆਂ ਜੀ ਅਤੇ ਨਾ ਉਦੋਂ ਗੰਢੇ ਮਹਿੰਗੇ ਹੋਏ ਸੀ ਓਕੇ ਅਤੇ ਮੈਂ ਉਹ ਮੇਰੇ ਮਗਰ ਸੀ ਮੈਂ ਚੈੱਕ ਕਰੀ ਜਾਵਾਂ ਅਤੇ ਗੰਢੇ ਮਹਿੰਗੇ ਹੋਏ ਅਤੇ ਉਹ ਕਹੀ ਜਾਵੇ ਭਾਅ ਜੀ 80 ਰੁਪਏ ਗੰਢੇ ਮਾਂ ਪਾਗਲਾ ਤੂੰ ਭਰਾ 80 ਰੁਪਏ ਮੈਂ ਰੁਪਈਏ 60 ਨੇ ਮੇਰੇ ਕੋਲ 60 ਲੈ ਕੇ ਗਿਆ ਅਤੇ 60 ਐਂ ਅਸੀਂ ਗੰਢਿਆਂ ਪਿੱਛੇ ਲੜੀ ਜਾਈਏ ਗੰਢਿਆਂ ਪਿੱਛੇ ਜਿਵੇਂ ਪਹਿਲਾਂ ਲੜਦੇ ਹੁੰਦੇ ਉਹ ਹੁਣ ਪਿੱਛੇ ਮੈਨੂੰ ਪਤਾ ਸੀ ਉਹ ਪਿੱਛੇ ਡਾਊਟ ਉਹ ਕਹਿੰਦਾ ਉਹਨਾਂ ਦਾ ਡਾਊਟ ਹੋਰ ਵੱਧ ਗਿਆ ਹੋਣਾ ਵੀ ਨਹੀਂ ਗੰਢਿਆਂ ਪਿੱਛੇ ਲੜੀ ਜਾਂਦਾ ਇਹ ਨਹੀਂ ਬੜਾਓ ਮਤਲਬ ਐਂ ਬੜਾ ਇੰਜੋਏ ਕਰਦੇ ਹੁੰਦੇ ਜੀ ਫਿਰ ਕੋਈ ਕਹਿ ਦੇਵੇ ਭਾਅ ਜੀ ਹੁਣ ਜਿਵੇਂ ਹੁਣ ਵੀ ਚੱਲੀ ਜਾਂਦਾ ਮੇਰਾ ਤਾਂ ਉੱਧਰ ਮੈਂ ਲਿਫਟ 'ਚ ਉੱਤਰ ਰਿਹਾ ਕਹਿੰਦਾ ਭਾਅ ਜੀ ਤੁਹਾਡੇ ਵਰਗਾ ਇੱਕ ਐਕਟਰ ਆ ਮੁੰਡਾ ਕਿੱਥੇ ਕਿੱਥੇ ਦੀ ਗੱਲ ਉੱਥੇ ਮੋਹਾਲੀ ਮੋਹਾਲੀ ਲਿਫਟ 'ਚੋਂ ਆ ਰਿਹਾ ਮਿਲ ਗਿਆ ਉਹਦੇ ਕੋਲ ਕੁੱਤਾ ਸੀਗਾ ਕਹਿੰਦਾ ਭਾਅ ਜੀ ਤੁਹਾਡੇ ਵਰਗਾ ਨਾ ਮੁੰਡਾ ਉਹਦਾ ਕਹਿੰਦਾ ਉਹਦੀ ਇੱਕ ਫਿਲਮ ਆਈ ਸੀ ਪੁਰਾਣੀ ਕਿੱਸਾ ਪੰਜਾਬ ਫਿਲਮ ਦਾ ਨਾਮ ਆ ਫਿਰ ਕਹਿੰਦਾ ਉਹਨੇ ਪਤਾਲ ਲੋਕ 'ਚ ਵੀ ਕੰਮ ਕੀਤਾ ਹੁਣ ਉਹਦੀ ਫਿਲਮ ਆਈ ਆ ਕਹਿੰਦਾ ਨਾ ਭੁੱਲ ਗਿਆ ਫਿਲਮ ਦਾ ਕਹਿੰਦਾ ਉਹਦੇ ਬਾਰੇ ਤੁਹਾਨੂੰ ਕਿਸੇ ਹੋਰ ਕਿੰਨੇ ਕਿਹਾ ਹਾਂ ਯਾਰ ਬੜਾ ਲੋਕ ਲੋਕ ਪੀਂਦੇ ਆ ਯਾਰ ਮੈਨੂੰ ਕਹਿੰਦੇ ਆ ਬਈ ਤੂੰ ਉਹਦੇ ਵਰਗਾ ਯਾਰ ਉਹਦੇ ਵਰਗਾ ਯਾਰ ਕੌਣ ਆ ਬੰਦਾ ਮੈਂ ਬਾਈ ਮੈਨੂੰ ਦਿਖਾ ਯਾਰ ਉਹ ਮੇਰੇ ਸਾਹਮਣੇ ਗੂਗਲ ਕੱਢੀ ਫਿਰੇ ਯਾਰ ਆਹ ਦੇਖ ਯਾਰ ਤੇਰੀ ਸ਼ਕਲ ਮਿਲਦੀ ਆ ਇਹਦੇ ਨਾਲ ਯਾਰ ਬੰਦਾ ਤਾਂ ਹੈ ਯਾਰ ਸ਼ਕਲ ਤਾਂ ਮਿਲਦੀ ਹੈ ਇਹਦੇ ਨਾਲ ਹੁਣ ਉਹਦੇ 'ਚ ਕਲੀਨ ਸ਼ੇਵ ਸੀਗਾ ਮੇਰੇ ਹੁਣ ਥੋੜ੍ਹੀ ਜਿਹੀ ਦਾੜੀ ਮੇਰੇ ਐਨਕ ਲੱਗੀ ਦੂਜਾ ਮਾਸਕ 'ਚ ਪਤਾ ਨਹੀਂ ਲੱਗਦਾ ਨਾ ਅਤੇ ਫਿਰ ਮੈਂ ਉਹਨੂੰ ਹੀ ਚੱਕਰਾਂ 'ਚ ਰੱਖਿਆ ਮੈਂ ਸੋਰੀ ਬਾਈ ਯਾਰ ਇਹ ਬੰਦੇ ਮੈਨੂੰ ਬੜੇ ਜਾਣਿਆਂ ਨੇ ਕਿਹਾ ਕਹਿੰਦਾ ਮਿਲਦੀ ਹੈ ਤੇਰੀ ਸ਼ਕਲ ਮੈਂ ਫਿਰ ਉਹਨੂੰ ਫਨ 'ਚ ਕਰਦਾ ਬਟ ਐਂ ਕਿ ਮੇਰਾ ਜਿਹੜਾ ਲਾਈਫ ਜਿਉਣ ਦਾ ਤਰੀਕਾ ਉਹ ਐਂ ਆ ਉਹਦੇ 'ਚ ਕੋਈ ਮੈਂ ਹੀ ਨਹੀਂ ਕਹਿ ਰਿਹਾ ਮੈਂ ਅੱਗੇ ਗੱਲ ਕਹਿ ਕੇ ਸਾਡਾ ਡਾਊਨ ਟੂ ਅਰਥ ਹੋਣਾ ਵਿਕਦਾ ਬਟ ਸਭ ਤੋਂ ਵੱਡੀ ਹੈ ਤੁਹਾਡੀ ਸੈਟੀਸਫੈਕਸ਼ਨ ਕਿ ਤੁਸੀਂ ਕਿਵੇਂ ਰਹਿਣਾ ਜੇ ਇੱਦਾਂ ਦੀ ਲਾਈਫ ਮੈਨੂੰ ਵਧੀਆ ਤਾਂ ਲੱਗਦਾ ਕਿ ਇਹਦੇ 'ਚੋਂ ਕਰੈਕਟਰ ਬਹੁਤ ਮਿਲਦੇ ਜਦੋਂ ਤੁਸੀਂ ਗੈਪ ਬਣਾ ਲਿਆ ਅਸੀਂ ਅੱਗੇ ਹੱਸਦੇ ਸੀਗੇ ਚਲੋ ਹੁਣ ਫਿਲਮਾਂ ਫੁਲਮਾਂ ਮਿਲਣ ਲੱਗ ਗਈਆਂ ਅਸੀਂ ਘਰੇ ਕੁੱਕ ਨਹੀਂ ਰੱਖਿਆ ਆਪ ਹੀ ਬਣਾ ਬਣੂ ਲਈਦਾ ਵੀ ਜਿੱਦਣ ਅਸੀਂ ਇੱਕ ਵਾਰੀ ਹਟ ਗਏ ਵਾਪਸ ਨਹੀਂ ਆਇਆ ਜਾਂਦਾ ਵਾਪਸ ਨਹੀਂ ਮੈਂ ਉਦਣ ਆਪਾਂ ਆਏ ਨਹੀਂ ਤੁਹਾਡੇ ਘਰੇ ਕਿਸੰਗਰਵੀਰ ਦੇ ਨਾਲ
ਉਹ ਵੀ ਨਹੀਂ ਦਾ ਤੇ ਉਹਨਾਂ ਵੀ ਮੈਂ ਪੁੱਛਿਆ ਕਹਿੰਦਾ ਭਰਾਵਾ ਕਹਿੰਦਾ ਮਹਿੰਗੇ ਥਾਂ 'ਚ ਥਾਵਾਂ 'ਤੇ ਰਹਿ ਕੇ ਕਹਿੰਦਾ ਕ੍ਰੀਏਟੀਵਿਟੀ ਮਰ ਜਾਂਦੀ ਹੈ ਕ੍ਰੀਏਟੀਵਿਟੀ ਮਰ ਜਾਂਦੀ ਅਸਲ 'ਚ ਕਹਿੰਦਾ ਗਾਣੇ ਨਹੀਂ ਅਵਾਰਡ ਦੇ ਹਾਂ ਉਹ ਲਾਈਫ ਆ ਹੈ ਨਾ ਇੱਥੋਂ ਹੀ ਕਰੈਕਟਰ ਮਿਲਦੇ ਆ ਕੋਈ ਨਾ ਕੋਈ ਮਿਲ ਜੇ ਤੁਸੀਂ ਉਹਨੂੰ ਗੈਪ ਬਣਾ ਕੇ ਮਿਲੋਗੇ ਫਿਰ ਅਗਲਾ ਬੋਲਣ ਤੋਂ ਝਿਜਕਦਾ ਮੈਂ ਇੱਕ ਵਾਰੀ ਕਈ ਵਾਰੀ ਦੇਖਿਆ ਕਿ ਜਦੋਂ ਮੈਨੂੰ ਮਿਲਦੇ ਆ ਉਹਨਾਂ ਦੇ ਮਤਲਬ ਅਜੀਬ ਜਿਹਾ ਹੁੰਦਾ ਵੀ ਇਹ ਬੰਦਾ ਯਾਰ ਸਾਡਾ ਉਹ ਵਧੀਆ ਲੱਗਦੀ ਹੈ ਮੈਨੂੰ ਚੀਜ਼ ਕਿ ਉਹ ਬਿਨਾਂ ਝਿਜਕ ਤੋਂ ਜੇ ਗੈਪ ਬਣਾ ਲਈਏ ਤੁਸੀਂ ਬੰਦੇ ਰੱਖਣ ਲੱਗ ਜਾਓ ਮਿਲਣ ਤੋਂ ਪਹਿਲਾਂ ਐਂ ਕਰੋ ਐਂ ਕਰੋ ਉਹ ਫਿਰ ਤੁਹਾਡੇ ਤੋਂ ਆਡੀਅੰਸ ਜਿਹੜੀ ਦੂਰ ਹੋਣ ਲੱਗ ਜਾਂਦਾ ਬਾਕੀ ਮੈਨੂੰ ਇਸ ਤਰੀਕੇ ਨਾਲ ਹੀ ਸਵਾਦ ਆਉਂਦਾ ਕਿ ਬਿਨਾਂ ਦੱਸੇ ਕਿਤੇ ਜਾਈਏ ਉਹ ਫਿਰ ਸੱਚਾ ਪਿਆਰ ਹੁੰਦਾ ਫਿਰ ਚਾਰ ਬੰਦੇ ਤੁਸੀਂ ਨਾਲ ਲੈ ਜਾਓ ਲੈ ਜਾਓ ਉਹ ਫਿਰ ਮੈਨੂੰ ਲੱਗਦਾ ਫੇਕ ਵੀ ਹੋ ਸਕਦਾ ਮਜਬੂਰੀ ਵੀ ਹੋ ਸਕਦੀ ਬਈ ਨਵੇਂ ਕੈਮਰਾਮੈਨ ਨੇ ਸਾਨੂੰ ਚੱਕਰਾਂ ਚ ਪਾਤਾ ਕਹਿੰਦਾ ਹੁਣ ਤੱਕ ਜੋ ਤੁਸੀਂ ਇੱਥੇ ਬੋਲ ਕੇ ਆਏ ਹੋ ਹੋ ਸਕਦਾ ਰਿਕਾਰਡ ਨਾ ਹੋਇਆ ਹੋਵੇ ਸਹੀ ਗੱਲ ਅਸੀਂ ਮਾਫੀ ਚਾਹੁੰਦੇ ਆ ਫੇਰ ਕਦੇ ਕਰ ਲਾਂਗੇ ਉਹ ਸਹੀ ਗੱਲ ਬਾਅਦ ਚ ਚੈੱਕ ਕਰਦੇ ਆ ਬਾਅਦ ਚ ਤੇ ਵੀਰ ਹੁਣ ਜਿੱਦਾਂ ਤੁਹਾਡੀ ਹਨਾ ਫਿਲਮ ਆਈ ਚੌਪਾਲ ਤੇ ਪਰ ਵੀ ਤੁਸੀਂ ਵੱਖਰਾ ਕਨਸੈਪਟ ਹਨਾ ਇੰਟਰੋਡਿਊਸ ਕੀਤਾ ਮਿਹਨਤ ਵੀ ਸੀ ਤੁਹਾਡੀ ਹਨਾ ਵੀ ਕੁਝ ਨਵਾਂ ਟਰਾਈ ਕਰਨ ਦੇ ਵਿੱਚ ਰਿਸਕ ਵੀ ਬਹੁਤ ਹੁੰਦਾ ਨਾ ਤੁਸੀਂ ਰਿਸਕ ਲਿਆ ਤੇ ਉਹਦਾ ਅਵਾਰਡ ਸਿਰਫ ਇੱਕ ਐਪਰੀਸ਼ੀਏਸ਼ਨ ਨਹੀਂ ਹੁੰਦੀ ਵੀ ਉਹ ਜਿੰਨੇ ਪੈਸੇ ਲਾਏ ਉਹਦਾ ਪੈਸਾ ਵੀ ਪੂਰਾ ਹੋਣਾ ਲਾਜ਼ਮੀ ਹੁੰਦਾ ਪਰ ਆਪਣੇ ਜਿਹੜੀ ਇੱਕ ਪਾਇਰੇਸੀ ਦਾ ਜਿਹੜਾ ਹੋਣਾ ਹਨਾ ਜਿਹੜਾ ਖਾਂਦਾ ਰਹਿੰਦਾ ਤੇ ਡਿਜੀਟਲ ਕਰਕੇ ਅੱਜ ਕੱਲ੍ਹ ਮੈਨੂੰ ਲੱਗਦਾ ਬਹੁਤ ਜਲਦੀ ਹੋ ਜਾਂਦੀ ਹੈ ਪਾਇਰੇਸੀ ਬਟ ਇਹਦੇ 'ਚ ਮੈਨੂੰ ਲੱਗਦਾ ਆਡੀਅੰਸ ਦਾ ਫਰਜ਼ ਨਿਭਾਉਣਾ ਬਹੁਤ ਜ਼ਰੂਰੀ ਹੁੰਦਾ ਕਿ ਜੇ ਉਹਨੇ ਪੈਸੇ ਲਾ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਨਾ ਜੇ ਉਹਦੇ ਨਾ ਆਏ ਪੈਸੇ ਵਾਪਸ ਉਹਨੇ ਉਹ ਦੁਬਾਰਾ ਮੈਨੂੰ ਲੱਗਦਾ ਹਿੰਮਤ ਹੀ ਨਹੀਂ ਕਦੇ ਨਹੀਂ ਕਰੂੰਗਾ ਤੇ ਇਹਦੇ 'ਚ ਮੈਨੂੰ ਲੱਗਦਾ ਆਡੀਅੰਸ ਨੂੰ ਚਾਹੀਦਾ ਕਿ ਇੱਕ ਤਾਂ ਇੱਕ ਪੰਗਾ ਇਹ ਹੁੰਦਾ ਨਾ ਪਾਇਰੇਸੀ ਦੀ ਜਿਹੜੀ ਕੁਆਲਿਟੀ ਹੁੰਦੀ ਹੈ ਨਾ ਉਹ ਕਈ ਵਾਰੀ ਕੰਪਰੋਮਾਈਜ਼ ਹੋਈ ਹੁੰਦੀ ਛੋਟੀ ਵੀ ਹੁੰਦੀ ਆ ਪਿਕਸਲ ਫੜਦੇ ਆ ਬਟ ਐਂ ਕਿ ਉਹਦੇ ਜਿੰਨਾ ਤੁਸੀਂ ਓਰੀਜਨਲ ਦੇਖੋਗੇ ਇੱਕ ਤਾਂ ਉਨਾ ਜ਼ਿਆਦਾ ਵਧੀਆ ਲੱਗੂਗਾ ਤੁਹਾਨੂੰ ਬਟ ਦੂਜਾ ਇੱਕ ਮੈਂ ਐਜ਼ ਅ ਹਿਊਮਨ ਬੀਇੰਗ ਕਿ ਤੁਸੀਂ ਉਹਦੇ 'ਚ ਨੁਕਸਾਨ ਬਹੁਤ ਹੁੰਦਾ ਪਲੀਜ਼ ਕਿਲਮੀ ਵੀ ਬੜੇ ਬੜੇ ਲੋਕਾਂ ਨੇ ਕਿਹਾ ਵੀ ਡਾਊਨਲੋਡ ਕਰਕੇ ਦੇਖ ਲਈ ਬਟ ਪਲੀਜ਼ ਹਾਂ ਤੁਸੀਂ ਇੱਕ ਸਟੋਰੀ ਜੀ ਮੈਂ ਦੇਖੀ ਜਿਹੜਾ ਕਹਿੰਦਾ ਸੀ ਬਾਦਲ ਕਹਿੰਦਾ ਮੈਂ ਜਦੋਂ ਫਿਲਮ ਵੇਖੀ ਤੇ ਉਸ ਤੋਂ ਬਾਅਦ ਮੈਨੂੰ ਪਛਤਾਵਾ ਹੋਇਆ ਕਿ ਇਹ ਨਹੀਂ ਸੀ ਵੇਖਣੀ ਚਾਹੀਦੀ ਮੈਨੂੰ ਵੀ ਮੈਨੂੰ ਸਪੋਰਟ ਕਰਨਾ ਚਾਹੀਦਾ ਸੀ ਆਪਣਾ ਬਾਅਦ ਚ ਪੁੱਛਣ ਡਿਆ ਨਾ ਮੈਂ ਕਿੱਦਾਂ ਸਪੋਰਟ ਕਰਾਂ ਵੀ ਮੈਨੂੰ ਦੱਸੋ ਇਹੀ ਚੀਜ਼ ਆ ਤੇ ਇਹ ਫਿਲਮ ਸਿਰਫ ਚੌਪਾਲ ਤੇ ਆ ਬਈ ਚੌਪਾਲ ਤੇ ਡਾਊਨਲੋਡ ਕਰਕੇ ਐਪ ਵਰਲਡ ਚ ਕਿਤੇ ਵੀ ਬੈਠੇ ਹੋ ਦੇਖ ਸਕਦੇ ਹੋ ਹੋਰ ਦਿਮਾਗ ਦੇ ਵਿਚ ਚੀਜ਼ ਆ ਗਈ ਕਿ ਪਤਾਲ ਲੋਕ ਹਨਾ ਲੋਕਾਂ ਨੇ ਵੀ ਇੱਕ ਖਾਸ ਕਰ ਉਦੋਂ ਲੋਕਡਾਊਨ ਜਿਹਾ ਸੀ ਤੇ ਵੀ ਉਸੇ ਟਾਈਮ ਹੀ ਜਿਹੜੇ ਪਲੇਟਫਾਰਮ ਸਾਰੇ ਮੇਰੇ ਖਿਆਲ ਨਾਲ ਜ਼ਿਆਦਾ ਇੰਟਰੋਡਿਊਸ ਹੋਏ ਤੇ ਹਿੱਟ ਹੋਏ ਨਾ ਲੋਕੀ ਘਰਾਂ 'ਚ ਤੜੇ ਸੀ ਸਿਨੇਮਾ ਜਾ ਨਹੀਂ ਸਕਦੇ ਸੀ ਤੇ ਪਤਾਲ ਲੋਕ ਵੀ ਜਿੰਨੀ ਜਦੋਂ ਬਣਾਉਣ ਟਾਈਮ ਸੋਚਿਆ ਸੀ ਵੀ ਇੰਨੀ ਹਿੱਟ ਹੋ ਵੀ ਇੰਨੀ ਪਸੰਦ ਹੋਊਗੀ ਵੀ ਮੇਰੇ ਖਿਆਲ ਦੇ ਨਾਲ ਉਹ ਵਨ ਆਫ ਜੇ ਆਪਾਂ ਇੰਡੀਆ ਦੀਆਂ ਬਣੀਆਂ ਸੀਰੀਜ਼ ਦੇ ਵਿੱਚ ਕੋਈ ਤਿੰਨ ਕੱਢੀਆਂ ਨਾ ਤਿੰਨਾਂ ਦੇ ਵਿੱਚ ਇੱਕ ਹੈਗੀ ਆ ਹਨਾ ਹਾਂ ਉਹਦੇ 'ਚ ਅੱਧਾ ਕੰਮ ਨਾ ਭਾਅ ਜੀ ਜਦੋਂ ਸ਼ੂਟ ਕਰਦੇ ਹੁੰਦੇ ਆ ਉਦੋਂ ਪਤਾ ਲੱਗ ਜਾਂਦਾ ਵੀ ਇਹ ਕੀ ਬਣ ਕੀ ਬਣ ਅੱਛਾ ਹੋ ਜਾਂਦਾ ਉਦੋਂ ਹੀ ਕਨਫਰਮ ਹੋ ਜਾਂਦਾ ਉਦੋਂ ਇੱਕ ਤਾਂ ਐਂ ਲਾ ਲਓ ਕਿ ਇੱਕ ਜਨੂਨ ਕੰਮ ਕਰਨ ਦਾ ਇੱਕ ਜਿਹੜੇ ਫਿਲਮ ਦਾ ਸੈੱਟ ਦਾ ਨਾ ਹੋਰ ਹੀ ਮਾਹੌਲ ਹੁੰਦਾ ਜਦੋਂ ਇੰਨਾ ਕ੍ਰੀਏਟਿਵ ਬੰਦੇ ਇਕੱਠੇ ਹੋ ਜਾਣ ਉੱਤੋਂ ਬਿਨਾਂ ਕਿਸੇ ਨੈਗੇਟਿਵਿਟੀ ਤੋਂ ਨੈਗੇਟਿਵਿਟੀ ਇਨ ਦਾ ਸੈਂਸ ਇਹ ਹੁੰਦੀ ਹੈ ਕਿ ਜਿਵੇਂ ਕਈ ਫਿਲਮਾਂ ਸੈੱਟ ਦੇ ਸਟਾਰ ਡਾਇਰੈਕਟਰ ਤੇ ਜਿਹੜੇ ਕੋ ਸਟਾਰ ਹੁੰਦੇ ਆ ਉਹ ਐਕਟਰ ਛੋਟੇ ਉਹਨਾਂ 'ਚ ਗੈਪ ਬਹੁਤ ਜ਼ਿਆਦਾ ਵੱਡੇ ਵਾਲਾ ਆਪਣਾ ਕਹਿੰਦਾ ਮੈਂ ਇੰਨਾ ਕੁ ਕਰਨਾ ਹੀ ਕਰਨਾ ਕਰ ਲਾ ਮੈਂ ਚੱਲਿਆ ਉਹ ਉੱਥੇ ਫਿਰ ਹੋ ਜਾਂਦੀ ਨੈਗੇਟਿਵਿਟੀ ਸ਼ੁਰੂ ਵੀ ਇੱਥੇ ਐਜ਼ ਅ ਟੀਮ ਵਰਕ ਕਰਨ ਡਈ ਸੀ ਵਧੀਆ ਆਪਾਂ ਇੱਥੇ ਜਦੋਂ ਟੀਮ ਵਰਕ ਹੈ ਨਾ ਹਰ ਬੰਦਾ ਉਸੇ ਥਾਲੀ 'ਚ ਖਾਂਦਾ ਉਵੇਂ ਹੀ ਗੱਲ ਕਰਦਾ ਚਾਹੇ ਜੈਦੀਪ ਸੀ ਕੋਈ ਵੀ ਸਭ ਸੇਮ ਪੇਜ 'ਤੇ ਸੀ ਫਿਰ ਨਿਕਲਦਾ ਕੰਮ ਉੱਥੇ ਇਹ ਨਹੀਂ ਵੀ ਮੈਂ ਸਟਾਰ ਹਾਂ ਮੈਂ ਕਿਵੇਂ ਹਾਂ ਉੱਥੋਂ ਹੀ ਪਤਾ ਲੱਗ ਗਿਆ ਸੀ ਸਾਨੂੰ ਕਿ ਜਦੋਂ ਸ਼ੂਟ ਕਰਦੇ ਸੀਗੇ ਕਿ ਇਹ ਕੁਛ ਮਤਲਬ ਐਕਸਟਰਾਆਰਡੀਨਰੀ ਬਣ ਰਿਹਾ ਸਬਜੈਕਟ ਵਜੋਂ ਅਤੇ ਓਰੀਜਨਲ ਸੀਰੀਜ਼ ਵੀ ਜਿਹੜੀ ਕਿਦੋਂ ਪਹਿਲਾਂ ਕਦੇ ਆਈ ਨਹੀਂ ਬੈਸਟ ਇਹ ਹੋ ਗਈ ਉਹ ਆਈ ਲੋਕਡਾਊਨ 'ਚ ਆਈ ਲੋਕਡਾਊਨ ਬਹੁਤ ਸਾਰਾ ਬਣੇ ਵਾਕਈ ਬਹੁਤ ਮਤਲਬ ਜਿਹਨੇ ਨਹੀਂ ਵੀ ਦੇਖਣੀ ਹਰ ਬੰਦਾ ਨੇ ਹਰ ਬੰਦੇ ਨੇ ਉਹ ਦੇਖੀ ਤੇ ਉਹਦੇ ਕਰਕੇ ਬੰਬੇ 'ਚ ਬੜੀ ਵਧੀਆ ਜਿਹੜੀ ਪ੍ਰੋਫਾਈਲ ਉਹ ਮੈਂ ਵੇਖਿਆ ਉਹਨਾਂ ਬੜਿਆਂ ਨੇ ਤੁਹਾਡਾ ਨਾਮ ਲੈ ਕੇ ਟਵੀਟ ਕੀਤੇ ਸੀ ਨਾ ਮਸ਼ਹੂਰ ਮਸ਼ਹੂਰ ਰਾਕਸ਼ਪ ਸਾਰਿਆਂ ਨੇ ਹਾਂ ਫਿਰ ਰਾਕਸ਼ਪ ਦਾ ਫੋਨ ਆਇਆ ਹਾਂ ਮਤਲਬ ਜਿਸ ਐਕਟਰ ਬਾਰੇ ਮੈਂ ਸੋਚਦਾ ਹੁੰਦਾ ਸੀ ਇਹਨੂੰ ਕਦੇ ਮਿਲੂੰਗਾ ਮੇਰਾ ਫੇਵਰੇਟ ਡਾਇਰੈਕਟਰ ਉਹ ਬੰਦਾ ਮੈਨੂੰ ਫੋਨ ਕਰਕੇ 20 ਮਿੰਟ ਮੇਰੇ ਨਾਲ ਗੱਲ ਕਰ ਰਿਹਾ ਤੇ ਤੁਸੀਂ ਦੇਖੋ 20 ਮਿੰਟ ਗੱਲ ਕਰਨ ਤੋਂ ਬਾਅਦ ਇੱਕਦਮ ਤੁਸੀਂ ਬੈਠੇ ਹੋਵੋ ਤੁਹਾਨੂੰ ਕਹੋ ਹਾਏ ਦਿਸ ਇਜ਼ ਰਾਕਸ਼ ਮੈਨੂੰ ਲੱਗਿਆ ਕੋਈ ਮੈਂ ਉਹਨੂੰ ਖਿੱਚਦਾ ਵੀ ਨਹੀਂ ਹੋ ਸਕਦਾ
ਫਿਰ ਉਹਨੇ ਜਿਸ ਬੰਦੇ ਦਾ ਨਾਮ ਲਿਆ ਮੈਂ ਉਹ ਤੋਂ ਨੰਬਰ ਲਿਆ ਫਿਰ ਮੈਨੂੰ ਥੋੜ੍ਹਾ ਲੱਗਿਆ ਕਿ ਇਹ ਓਰਿਜਨਲ ਬੰਦਾ ਮਤਲਬ ਬਹੁਤ ਖੁਸ਼ੀ ਹੋਈ ਉਹਦੇ ਕਰਕੇ ਫਿਰ ਹੁਣ ਉਹਦੇ ਕਰਕੇ ਬੰਬੇ ਬੜੀ ਸੋਹਣੀ ਪ੍ਰੋਫਾਈਲ ਬਣ ਗਈ ਲਾਸਟ ਚੀਜ਼ ਇਹ ਹੈ ਕਿ ਬਿਨਾਂ ਕਿਸੇ ਉਹਦੇ ਤੋਂ ਚਾਹੇ ਟੈਲੈਂਟ ਲਾ ਲਓ ਕੁਛ ਵੀ ਲਾ ਲਓ ਉਹ ਹੁਣ ਮੈਨੂੰ ਪੰਜਾਬ ਬੈਠੇ ਨੂੰ ਜੇ ਮੈਂ ਪਿੰਡ ਵੀ ਬੈਠਾ ਤਾਂ ਡੇਲੀ ਕੋਈ ਨਾ ਕੋਈ ਇਨਕੁਆਇਰੀ ਆ ਜਾਂਦੀ ਹੈ ਮੈਂ ਬੰਬੇ ਵੀ ਨਹੀਂ ਬੈਠਾ ਕਿ ਉਸ ਉੱਥੇ ਜੀ ਕੈਟਾਗਰੀ 'ਚ ਆ ਗਏ ਵੀ ਉਹ ਬੰਦੇ ਨੂੰ ਪੁੱਛੋ ਕੰਮ ਕੀ ਕਰ ਰਿਹਾ ਅੱਗੇ ਆਪਾਂ ਪ੍ਰੋਜੈਕਟ ਕਰਨੇ ਆ ਕਿਵੇਂ ਕਰਨਾ ਹੈ ਉਹ ਵਧੀਆ ਚੀਜ਼ ਹੋ ਗਈ ਉਹਦੇ ਨਾਲ ਸੋ ਆਪਣਾ ਐਂਡ 'ਚ ਵੀ ਇਹੀ ਸਵਾਲ ਆ ਕਿ ਆਉਣ ਵਾਲਾ ਵੀ ਜਿਹੜੇ ਵੀ ਲੇਟਲੀ 2021 ਦੇ ਵਿੱਚ ਕਿਹੜੇ ਆ ਰਿਹਾ ਅਤੇ ਜਾਂ ਇਸ ਤੋਂ ਬਾਅਦ ਵੀ ਕੋਈ ਐਸੀ ਚੀਜ਼ ਹੈ ਤੋਂ ਤੁਹਾਨੂੰ ਕਾਫੀ ਉਮੀਦ ਆ ਵੀ ਉਹ ਕਦੋਂ ਕੁ ਹੌਟ ਸਟਾਰ ਦੀ ਸੀਰੀਜ਼ ਆ ਹੁਣ ਇੱਕ ਓਕੇ ਉਹਦਾ ਨਾਂ ਸਕੇਪ ਲਾਈਵ ਸ਼ਾਇਦ ਇਸਕੇਪ ਲਾਈਵ ਹਾਂ ਉਹ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਜਿਹਦੇ ਆਪਾਂ ਗੱਲ ਕਰਕੇ ਹਟੇ ਹਾਂ ਓਕੇ ਫੋਨਾਂ 'ਤੇ ਲੱਗੇ ਰਹਿੰਦੇ ਆ ਉਸ ਤੋਂ ਵੱਡੀ ਗੱਲ ਕਿ ਬਹੁਤ ਛੇਤੀ ਫੇਮ ਚਾਹੁੰਦੇ ਉਹਦੇ ਲਈ ਕੀ ਕਰਦੇ ਉੱਤੇ ਕਹਾਣੀ ਹੈ ਸਾਰੀ ਅਤੇ ਮੈਨੂੰ ਲੱਗਦਾ ਹਰ ਇੰਡੀਅਨ ਹਰ ਪੰਜਾਬੀ ਹਰ ਬੰਦਾ ਉਹਦੇ ਨਾਲ ਕਨੈਕਟ ਕਰੂ ਉਹਨਾਂ ਨੇ ਐਡੀ ਸੋਹਣੀ ਨਬਜ਼ ਫੜੀ ਅਤੇ ਉਹਦੇ 'ਚ ਕਰੈਕਟਰ ਬਹੁਤ ਸੋਹਣਾ ਉਹ ਤੋਂ ਮੈਨੂੰ ਬੜੀ ਉਮੀਦ ਹੈ ਅਤੇ ਰੱਖੀ ਜਾ ਰਹੀ ਹੈ ਕੁਛ ਨਹੀਂ ਕਹਿੰਦੇ ਕੁਛ ਨਹੀਂ ਇਹ ਸ਼ਾਇਦ ਦਸੰਬਰ 'ਚ ਆ ਜੂਗੀ ਆਹ ਦਸੰਬਰ ਜਾਂ 2021 ਦੇ ਜਨਵਰੀ 'ਚ ਇਹੀ ਹੈ ਉਸ ਤੋਂ ਬਾਅਦ ਹਜੇ ਕੁਛ ਸ਼ੂਟ ਹੋ ਜਾਣ ਹਿੰਦੀ ਜਾਊਗਾ 2022 'ਚ ਜਾਂ 23 'ਚ ਰਿਲੀਜ਼ ਹੋਊਗਾ ਕਿਉਂਕਿ ਚੰਗੀ ਚੀਜ਼ ਨੂੰ ਟਾਈਮ ਬਹੁਤ ਲਾਉਂਦੇ ਜੇ ਕੁਛ ਲਿਖਿਆ ਵਧੀਆ ਤੇ ਉਹਨੂੰ ਬਣਾਇਆ ਵੀ ਉਸੇ ਸ਼ਿੱਦਤ ਨਾਲ ਚਾਹੀਦਾ ਬਾਕੀ ਜੇ ਕੋਵਿਡ ਕਰਕੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਸੀਗੇ ਉਹ ਬੰਦ ਹੋ ਗਏ ਸੀ ਲਟਕੇ ਸੀ ਪਰ ਹੁਣ ਹੌਲੀ 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 ਆਊਗਾ ਬਾਕੀ ਪਲੀਜ਼ ਕਿਲਮੀ ਤੋਂ ਬਾਅਦ ਜਿਹੜਾ ਐਡਾ ਸੋਹਣਾ ਰਿਸਪੌਂਸ ਆਇਆ ਜ਼ਿੰਮੇਵਾਰੀ ਜੀ ਵੀ ਵੱਧ ਗਈ ਹੁਣ ਥੋੜ੍ਹੀ ਜਿਹੀ ਹੁਣ ਐਂ ਲੱਗਦਾ ਕਿ ਚੰਗਾ ਕੰਮ ਹੀ ਕਰੀਏ ਬਟ ਠੀਕ ਹੈ ਬਾਕੀ ਠੀਕ ਚਲੋ ਜੀ ਇੰਨਾ ਹੀ ਸੀ ਜੀ ਅਤੇ ਮੈਂ ਇਹਨੂੰ ਇੰਟਰਵਿਊ ਪਤਾ ਨਹੀਂ ਕੀ ਕਹਿ ਸਕਦਾ ਹੈ ਨਾ ਅਤੇ ਵਟ ਐਵਰ ਤੁਸੀਂ ਇਹਨੂੰ ਕਹਿ ਲਿਓ ਵੀ ਵਧੀਆ ਗੱਲਬਾਤ ਵੀ ਉਹ ਵੀ ਸਵਾਲ ਸੀ ਜਿਹੜੇ ਵਾਕਈ ਮੇਰੇ ਮਨ ਦੇ ਵਿੱਚ ਵੀ ਕੋਈ ਆਉਂਦੇ ਸੀ ਨਾ ਚੱਲ ਬੰਦੇ ਨੂੰ ਪੁੱਛਿਆ ਜਾਵੇ ਹਰੇਕ ਦੀ ਜ਼ਿੰਦਗੀ ਮੰਨ ਲਓ ਕੋਈ ਵੀਰ ਇਹ ਕੰਮ ਕਰ ਰਿਹਾ ਵਾ ਕੋਈ ਡਾਕਟਰ ਆ ਮੈਂ ਮੇਰੇ ਉਹਦੀ ਜ਼ਿੰਦਗੀ ਉਹ ਕਿੱਦਾਂ ਜ਼ਿੰਦਗੀ 'ਚ ਜੀ ਰਿਹਾ ਜਾਂ ਉਹ ਕਿੱਦਾਂ ਜ਼ਿੰਦਗੀ ਨੂੰ ਵੇਖ ਰਿਹਾ ਸੋ ਇਹੋ ਜਿਹੇ ਸਵਾਲ ਇਹਨਾਂ ਦੀ ਲਾਈਫ ਦੇ ਰਿਲੇਟਡ ਸੀ ਅਤੇ ਥੈਂਕ ਯੂ ਵੀਰ ਮੇਰਾ ਟਾਈਮ ਦੇਣ ਲਈ ਥੈਂਕ ਯੂ ਸੋ ਮੱਚ ਤੁਸੀਂ ਜਿਹੜਾ ਸਲੋ ਇੰਟਰਵਿਊ ਜਿਹੜਾ ਆਇਆ ਨਹੀਂ ਸੀ ਉਹਦਾ ਹਿੰਦੀ 'ਚ ਹਿੰਦੀ 'ਚ ਸਲੋ ਬਾਕੀ ਜਿਹੜਾ ਜਲੰਧਰ ਦੂਰਦਰਸ਼ਨ 'ਤੇ ਨਹੀਂ ਗੱਲ ਆਉਂਦੀ ਹੁੰਦੀ ਮੰਡੀਆਂ ਦੇ ਭਾਅ ਸਬਜ਼ੀਆਂ ਦੇ ਭਾਅ ਇਹ ਜਿਹੜੀ ਸੁੰਡੀ ਹੈ ਡਾਕਟਰ ਸਾਹਿਬ ਨਹੀਂ ਜਾਂ ਮੇਰੇ ਦਿਮਾਗ 'ਚ ਪਤਾ ਕਿਹੜਾ ਹੁੰਦਾ ਸੀ ਮੇਰੇ ਦਿਮਾਗ 'ਚ ਹੁੰਦਾ ਸੀ ਇੱਕ ਦਿਨ ਜੀਓ ਕੇ ਸਾਥ ਤੂੰ ਆਪ ਕਿਆ ਕਰਦੇ ਬਟ ਹੈ ਕਿ ਚਲੋ ਵਧੀਆ ਬਹੁਤ ਸੋਹਣਾ ਵਧੀਆ ਇਸਕੇ ਬਾਅਦ ਹਮ ਪਹਿਲਾ ਇੰਟਰਵਿਊ ਜਿਹੜਾ ਇੱਦਾਂ ਪਿੰਡ 'ਚ ਆ ਕੇ ਮੋਟਰ 'ਤੇ ਇਸ ਟਾਈਪ ਜਿਹੜਾ ਸ਼ੂਟ ਹੋਇਆ ਬੜਾ ਵਧੀਆ ਲੱਗੂਗਾ ਥੈਂਕ ਯੂ ਸੋ ਮੱਚ ਬਾਏ ਬਾਏ